ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਜ਼ਰੂਰੀ ਸੂਚਨਾ ਜਿਹੜੀ ਕੱਲ੍ਹ ਵੀ ਸਾਂਝੀ ਕੀਤੀ ਸੀ ਅੱਜ ਫੇਰ ਮੈਂ ਕਰ ਰਿਹਾ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਉਪਲਕਸ਼ ਦੇ ਵਿੱਚ ਗੁਰਦੁਆਰਾ ਸੈਨੋਜ਼ੇ ਗੁਰਦੁਆਰਾ ਸਾਹਿਬ ਸੈਨੋਜ਼ੇ ਦੇ ਵਿੱਚ 31 ਰਾਗਾਂ ਦਾ ਜਿਹੜਾ ਕੀਰਤਨ ਦਰਬਾਰ ਸਜਾਇਆ ਜਾਊਗਾ ਸਪਟੈਂਬਰ 3 ਤੋਂ ਲੈ ਕੇ ਸਪਟੈਂਬਰ 5 ਤੱਕ ਜਿਹੜੇ ਵਰਲਡ ਦੇ ਮੰਨੇ ਪ੍ਰਮੰਨੇ ਰਾਗੀ ਸਿੰਘ ਕੀਰਤਨੀ ਸਿੰਘ ਉੱਥੇ ਪਹੁੰਚ ਰਹੇ ਨੇ ਸੰਗਤਾਂ ਨੂੰ ਬੇਨਤੀ ਹੈ ਕਿ ਹਮਾ ਕੇ ਤਿੰਨੇ ਦਿਨ ਆਪਦੀ ਹਾਜ਼ਰੀ ਜਿਹੜੀ ਗੁਰਦੁਆਰਾ ਸਿੰਘ ਸੈਨੋਜ਼ੇ ਆਪਦੀ ਲਵਾਓ ਅਤੇ ਆਪਣਾ ਜੀਵਨ ਸਫਲ ਕਰੋ ਦਰਸ਼ਕੋ ਕੱਲ੍ਹ ਦਾ ਪ੍ਰੋਗਰਾਮ ਤੋਂ ਬਾਅਦ ਘਟਨਾਵਾਂ ਪ੍ਰਤੀਕਿਰਿਆਵਾਂ ਤਾਂ ਚੱਲਦੀਆਂ ਰਹਿੰਦੀਆਂ ਨੇ ਪਰ ਇੱਕ ਦੋ ਦਿਨਾਂ ਦੀ ਜਿਹੜੀ ਆ ਖਬਰ ਹੈ ਕਿ ਪੰਜਾਬ ਦੇ ਵਿੱਚ ਸਿਆਸੀ ਅਖਾੜਾ ਬਹੁਤ ਭਖਿਆ ਹੋਇਆ ਕੁਇਕ ਸਾਰੀਆਂ ਪਾਰਟੀਆਂ ਦੇ ਝਾਤ ਮਾਰਦੇ ਹਾਂ ਕਿ ਪੰਜਾਬ ਦੀ ਜਿਹੜੀ ਕਾਂਗਰਸ ਦੀ ਅੰਤਰਕਲਾ ਹੀ ਨਹੀਂ ਪੂਰੀ ਆ ਰਹੀ ਉਹਦੇ ਉੱਤੋਂ ਜਿਹੜੇ ਬਿਆਨ ਦਿੱਤੇ ਜਾਂਦੇ ਆ ਬਿਆਨਾਂ ਤੋਂ ਬਾਅਦ ਮਾਫੀਆਂ ਮੰਗੀਆਂ ਜਾਂਦੀਆਂ ਖਾਸ ਕਰਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਿਹੜੇ ਕਾਂਗਰਸ ਦੇ ਨੇ ਹਰੀਸ਼ ਰਾਵਤ ਜੀ ਉਹ ਆ ਕੇ ਪਹਿਲਾਂ ਬਿਆਨ ਦਿੰਦੇ ਆ ਕਿ ਨਵਜੋਤ ਸਿੱਧੂ ਅਤੇ ਚਾਰ ਉਹਨਾਂ ਦੇ ਸਲਾਹਕਾਰ ਜਿਹੜੇ ਉਹਨਾਂ ਦੇ ਨਾਲ ਕਾਰਜਕਾਰਨੀ ਪ੍ਰਧਾਨ ਲਾਏ ਗਏ ਆ ਉਹ ਪੰਜ ਪਿਆਰਿਆਂ ਦੇ ਸਮਾਨ ਆ ਫਿਰ ਜਦੋਂ ਇਤਰਾਜ਼ ਜਤਾਇਆ ਜਾਂਦਾ ਆਫਕੋਰਸ ਇਤਰਾਜ਼ ਜਤਾਇਆ ਜਾਣਾ ਵੀ ਚਾਹੀਦਾ ਹੈ ਤਾਂ ਮਾਫ਼ੀ ਮੰਗ ਲੈਂਦੇ ਆ ਤਾਂ ਉਹ ਕਹਿੰਦੇ ਕਿ ਮੈਂ ਕਿਸੇ ਗੁਰਦੁਆਰਾ ਸਾਹਿਬ ਉੱਤਰਾਖੰਡ ਜਾ ਕੇ ਝਾੜੂ ਵੀ ਮਾਰ ਲੂੰਗਾ ਸੋਚਣ ਵਾਲੀ ਗੱਲ ਇਹ ਆ ਦਰਸ਼ਕੋ ਕਿ ਇੰਨੀ ਸੀਨੀਅਰ ਪੋਸਟ 'ਤੇ ਬੰਦਾ ਬੈਠਾ ਔਰ ਮੁੱਖ ਮੰਤਰੀ ਇੱਕ ਰਾਜ ਦਾ ਰਹਿ ਚੁੱਕਿਆ ਇੰਨੀਆਂ ਕੱਚੀਆਂ ਗੱਲਾਂ ਲੋਕ ਕਿਉਂ ਕਰਦੇ ਪਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਬੜੇ ਸਲੋ ਮੋਸ਼ਨ 'ਚ ਚੱਲ ਰਹੀ ਹੈ ਇਸ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਨੂੰ ਲੈ ਕੇ ਖਾਸ ਕਰਕੇ ਭਗਵੰਤ ਮਾਨ ਦੀ ਜਿਹੜੀ ਚੁੱਪ ਹੈ ਬਹੁਤ ਚੀਜ਼ਾਂ ਜਿਹੜੀਆਂ ਦਰਸਾਉਂਦੀ ਹੈ ਉਹਦੇ ਉੱਤੇ ਤੰਜ ਕੱਸਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਭਗਵੰਤ ਮਾਨ ਜਿਹੜਾ ਹੈ ਆਪਦੇ ਜਿਹੜਾ ਉਹਨੇ ਖੱਡਾ ਜਿਹੜਾ ਖੋਦਿਆ ਸੀ ਉਹਦੇ ਵਿੱਚ ਆਪ ਹੀ ਉਹਨੇ ਛੇਤੀ ਡਿੱਗ ਜਾਣਾ ਪਰ ਉਹਦਾ ਪ੍ਰਤੀਕਿਰਿਆਵਾਂ ਕੀ ਆਊਗੀਆਂ ਕੱਲ੍ਹ ਤੱਕ ਪਤਾ ਲੱਗ ਜੂਗਾ ਉੱਧਰ ਸ਼੍ਰੋਮਣੀ ਅਕਾਲੀ ਦਲ ਬੜੀ ਪੂਰੀ ਸਪੀਡ ਦੇ ਵਿੱਚ ਚੱਲ ਰਿਹਾ ਜਗਮੀਤ ਸਿੰਘ ਬਰਾੜ ਨੂੰ ਮੋੜ ਮੰਡੀ ਦੇ ਉੱਤੋਂ ਮੋੜ ਮੰਡੀ ਤੋਂ ਆਪਦਾ ਉਮੀਦਵਾਰ ਐਲਾਨ ਦਿੱਤਾ ਗਿਆ ਅਤੇ ਸਿਕੰਦਰ ਸਿੰਘ ਮਲੂਕਾ ਨੂੰ ਉੱਥੇ ਰਾਮਪੁਰਾ ਫੂਲ ਤੋਂ ਇਲੈਕਸ਼ਨ ਲੜਨ ਲਈ ਕਿਹਾ ਪਰ ਉਹ ਆਪਦੇ ਬੇਟੇ ਨੂੰ ਉੱਥੇ ਲੜਾਉਣਾ ਚਾਹੁੰਦੇ ਪਰ ਦੇਖਦੇ ਹਾਂ ਆਉਣ ਵਾਲਾ ਵਕਤ ਕੀ ਕਹਿੰਦਾ ਦਰਸ਼ਕੋ ਅੱਗੇ ਆਪਾਂ ਨੈਗੇਟਿਵ ਗੱਲਾਂ ਬਹੁਤ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਵੱਲੇ ਅੱਜ ਬੀਤੇ ਕੱਲ੍ਹ ਪਿਛਲੇ 24 ਘੰਟਿਆਂ ਦੇ ਵਿੱਚ ਇੱਕ ਲੜਕੀ ਦਾ ਕਪੂਰਥਲਾ ਕੇ ਮੈਂ ਨਾਮ ਨਹੀਂ ਲਊਂਗਾ ਉਹ ਜਾਂਦੀ ਹੈ ਕਿਉਂਕਿ ਉਹਨੇ ਫਲਾਈਟ ਲੈਣੀ ਹੁੰਦੀ ਹੈ ਕੈਨੇਡਾ ਦੀ ਉਹਦਾ ਵੀਜ਼ਾ ਲੱਗਿਆ ਹੁੰਦਾ ਪਾਸਪੋਰਟ ਹੁੰਦਾ ਉਹਦੇ ਪਰਸ ਦੇ ਵਿੱਚ ਅਤੇ ਉਹ ਵੈਕਸੀਨੇਸ਼ਨ ਲੈਣ ਜਾਂਦੀ ਹੈ ਹਸਪਤਾਲ 'ਚ ਜਦੋਂ ਲੈ ਕੇ ਵਾਪਸ ਨਿਕਲਦੀ ਹੈ ਤਾਂ ਦੋ ਲੁਟੇਰਿਆਂ ਵੱਲੋਂ ਉਹਦਾ ਪਰਸ ਖੋਲਿਆ ਜਾਂਦਾ ਉਸੇ ਪਰਸ ਦੇ ਵਿੱਚ ਉਹਦਾ ਵੀਜ਼ਾ ਪਾਸਪੋਰਟ ਸਭ ਕੁਝ ਹੁੰਦਾ ਪੁਲਿਸ ਨੂੰ ਕੰਪਲੇਨ ਕਰਨ ਤੋਂ ਬਾਅਦ ਵਿਦ ਇਨ ਸਮ ਆਵਰਸ ਉਹ ਸਾਰਾ ਕੁਝ ਬਰਾਮਦ ਕਰ ਲਿਆ ਜਾਂਦਾ ਆ ਇਸ ਕਰਕੇ ਆਪਾਂ ਹਰ ਵੇਲੇ ਨੈਗੇਟਿਵ ਗੱਲ ਨਹੀਂ ਕਰਦੇ ਹਰੇਕ ਪੁਲਿਸ ਪ੍ਰਸ਼ਾਸਨ ਦੀ ਜਾਂ ਕਿਸੇ ਪ੍ਰਸ਼ਾਸਨ ਦੀ ਬਟ ਯੈਟ ਆਪਾਂ ਨੂੰ ਗੱਲ ਕਰਨੀ ਪੈਂਦੀ ਹੈ ਜਦੋਂ ਕਮੀਆਂ ਸਾਹਮਣੇ ਆਉਂਦੀਆਂ ਆ ਪੰਜਾਬ ਨੂੰ ਅੱਜ 36ਵੇਂ ਰਾਜਪਾਲ ਮਿਲ ਗਏ ਬਨਵਾਰੀ ਲਾਲ ਪੁਰੋਹਿਤ ਉਹ ਕਾਰਜ ਸੰਭਾਲਣਗੇ ਅੱਜ ਤੋਂ ਪੰਜਾਬ ਦਾ ਪਰ ਵੈਸੇ ਉਹ ਫੁੱਲ ਫਲੈਜ ਤਮਿਲਨਾਡੂ ਦੇ ਗਵਰਨਰ ਨੇ ਦਰਸ਼ਕੋ ਕੱਲ੍ਹ ਮੈਂ ਕਿਹਾ ਸੀਗਾ ਕਿ ਬੜੀਆਂ ਮੈਨੂੰ ਮੈਸੇਜ ਆਏ ਬੜੀ ਪ੍ਰਤੀਕਿਰਿਆਵਾਂ ਆਈਆਂ ਕਿ ਤੁਸੀਂ ਹੁਣ ਕਿਸਾਨ ਅੰਦੋਲਨ ਦਾ ਸਾਥ ਨਹੀਂ ਦਿੰਦੇ ਗੇ ਦਰਸ਼ਕੋ ਮੈਂ ਤੁਹਾਨੂੰ ਇਹ ਕਿਹਾ ਸੀਗਾ ਕੱਲ੍ਹ ਕਿ ਕਿਸਾਨਾਂ ਨੂੰ ਸਿੱਧੇ ਟਕਰਾਵ ਤੋਂ ਬਚਣਾ ਚਾਹੀਦਾ ਹੈ ਸੋਲਿਊਸ਼ਨ ਵੱਲ ਵਧਣਾ ਚਾਹੀਦਾ ਕੋਈ ਵਿਚਲਾ ਰਸਤਾ ਕੱਢਣਾ ਚਾਹੀਦਾ ਅਸੀਂ ਕਿਸਾਨਾਂ ਨਾਲ ਖੜ੍ਹੇ ਸੀ ਖੜ੍ਹੇ ਹਾਂ ਅਤੇ ਖੜ੍ਹੇ ਰਹਾਂਗੇ ਇਸ ਮੰਚ ਤੋਂ ਖਾਸ ਕਰਕੇ ਗੱਲ ਕਰੀਏ ਬੜੀ ਦੁੱਖਦਾਈ ਘਟਨਾ ਜਿਹੜੀ ਕਰਨਾਲ ਦੇ ਵਿੱਚ ਵਾਪਰੀ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀਗਾ ਵੇਟ ਕਰ ਰਹੇ ਸੀ ਕਿਉਂਕਿ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੱਲੋਂ ਕਿਹਾ ਗਿਆ ਸੀਗਾ ਕਿ ਅਸੀਂ ਉਸ SDM 'ਤੇ ਕਾਰਵਾਈ ਕਰਾਂਗੇ ਕਾਰਵਾਈ ਕੀ ਹੋਈ ਕਾਰਵਾਈ ਇਹ ਹੋਈ ਕਿ ਉਹਦਾ ਤਬਾਦਲਾ ਕਰ ਦਿੱਤਾ ਗਿਆ ਇੱਕ SDM ਆਫਿਸਰ ਨੂੰ ਕਹਿਣੇ ਪਾਵਰ ਦਿੱਤੀ ਸੀ ਕਿ ਉਹ ਕਿਸੇ ਫੋਰਸ ਨੂੰ ਕਹੇ ਕਿ ਤੁਸੀਂ ਕਿਸੇ ਦਾ ਵੀ ਮੂੰਹ ਤੋੜ ਸਕਦੇ ਹੋ ਕਿੱਥੇ ਸੀ ਉਸ ਟਾਈਮ ਡਿਸਟ੍ਰਿਕਟ ਕਲੈਕਟਰ ਕਰਨਾਲ IAS ਆਫਿਸਰ ਇੱਕ ਐਗਜ਼ਾਮ ਦੇ ਕੇ ਬਣਦੇ ਹੈ ਉਹ ਇੰਜੀਨੀਅਰ ਵੀ ਬਣਦੇ ਉਹ ਡਾਕਟਰ ਵੀ ਬਣਦੇ ਉਹਨੂੰ ਕਿਹਨੇ ਪਾਵਰ ਦਿੱਤੀ ਸੀਗੀ ਔਰ ਹਰਿਆਣਾ ਸਰਕਾਰ ਇਕੱਲਾ ਇਸ ਗੱਲ ਤੋਂ ਪੱਲਾ ਝੜ ਦਿਓ ਜੀ ਉਹਦਾ ਤਬਾਦਲਾ ਕਰਤਾ ਕਿੱਥੋਂ ਤੱਕ ਸਾਰਥਕ ਹੈ ਜੀ ਉਹਦਾ ਤਬਾਦਲਾ ਅਤੇ ਉਹ ਬੰਦਾ ਆਰਡਰ ਦਿੰਦਾ ਹੈ 5 ਵਾਰ ਪੁਲਿਸ ਸਾਹ ਲੈ ਕੇ ਕਿਸਾਨਾਂ ਨੂੰ ਕੁੱਟਦੀ ਹੈ ਔਰ ਇੱਕ ਕਿਸਾਨ ਦਾ ਇੰਨਾ ਬੁਰਾ ਹਾਲ ਹੁੰਦਾ ਕਿ ਬਾਅਦ 'ਚ ਦਮ ਤੋੜ ਦਿੰਦਾ ਉਹਦੇ ਉੱਤੇ ਤਾਂ ਕੇਸ ਵੀ ਦਰਜ ਹੋਣਾ ਚਾਹੀਦਾ ਜੇ ਸੱਚੇ ਮਾਇਨਾ 'ਚ ਪੁੱਛੋ ਤਾਂ ਇਹਨਾਂ ਸਾਰੀਆਂ ਗੱਲਾਂ 'ਤੇ ਝਾਤ ਪਾਉਣ ਲਈ ਅਸੀਂ ਅੱਗੇ ਗੱਲ ਕਰਦੇ ਹੁੰਦੇ ਹਾਂ
ਡਾਕਟਰ ਹਰਸ਼ਿੰਦਰ ਕੌਰ ਜੀ ਬਣੇ ਹੋਏ ਨੇ ਜਿਹੜੀ ਸਾਰੀ ਪ੍ਰਤੀਕਿਰਿਆ ਤੇ ਸਾਰੀ ਜਿਹੜਾ ਘਟਨਾਕ੍ਰਮ ਤੇ ਬਹੁਤ ਹੀ ਆਪਦੀ ਕਲੋਜ਼ ਨਜ਼ਰ ਰੱਖ ਰਹੇ ਹੈ ਤੇ ਲੋਕਾਂ ਦਾ ਵਿਊ ਵੀ ਲੈ ਰਹੇ ਹੈ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਪੁੱਛਦੇ ਹਾਂ ਕਿ ਕਿੱਥੋਂ ਤੱਕ ਸਾਰਥਕ ਹੈ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਜੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਾਰਿਆਂ ਨੂੰ ਨਿੱਕੀ ਫਤਿਹ। ਫਤਿਹ ਜੀ ਫਤਿਹ। ਡਾਕਟਰ ਸਾਹਿਬ, ਕੱਲ੍ਹ ਅਸੀਂ ਪ੍ਰੋਗਰਾਮ ਕੀਤਾ ਸੀਗਾ ਤੇ ਉਹਦੇ ਵਿੱਚ ਆਪਾਂ ਸੋਲਿਊਸ਼ਨ ਦੀ ਗੱਲ ਕੀਤੀ ਸੀ। ਆਪਾਂ ਗੱਲ ਕੀਤੀ ਸੀਗੀ ਕਿ ਸਿੱਧੇ ਟਕਰਾਵ ਤੋਂ ਬਚਣਾ ਚਾਹੀਦਾ ਚਾਹੇ ਹੋ ਸਕੇ ਤਾਂ। ਉਹ ਜਿਹੜੀਆਂ ਗੱਲਾਂ ਨੇ ਉਹ ਘਰ ਪਰਿਵਾਰ 'ਚ ਵੀ ਟੁੱਕਦੀਆਂ, ਜੇ ਸਿੱਧਾ ਟਕਰਾਵ ਹੋਏ ਤਾਂ ਪਾਸੇ ਹੋਣਾ ਚਾਹੀਦਾ। ਇਹਦੇ ਵਿੱਚ ਸਾਨੂੰ ਬੜੀਆਂ ਜਿਹੜੀਆਂ ਹੈਗੀਆਂ ਮੈਸੇਜ ਆਏ ਕਿ ਤੁਸੀਂ ਕਿਸਾਨ ਅੰਦੋਲਨ ਦਾ ਸਾਥ ਛੱਡਤਾ। ਅਸੀਂ ਛੱਡਿਆ ਨਹੀਂ, ਛੱਡੇ ਹਾਂ, ਰਵਾਂਗੇ। ਪਰ ਡਾਕਟਰ ਸਾਹਿਬ ਮੈਨੂੰ ਦੱਸੋ ਕਿ ਉਹ ਬੰਦਾ ਜਿਹੜਾ ਐਸ ਡੀ ਐਮ ਸੀਗਾ, ਸਬ ਡਿਵੀਜ਼ਨਲ ਮੈਜਿਸਟਰੇਟ ਹੁੰਦਾ, ਉਹਨੂੰ ਕਿਹਨੇ ਪਾਵਰ ਦਿੱਤੀ ਸੀਗੀ ਕਿ ਇਹ ਤੂੰ ਆਪਦੀ ਫੋਰਸ ਨੂੰ ਕਹਿ ਕਿ ਜੋ ਮਰਜ਼ੀ ਕਰੋ, ਕਿਸ ਦਾ ਮੂੰਹ ਤੋੜੋ, ਇਹ ਕਰੋ, ਉਹ ਕਰੋ। ਉਸ ਤੋਂ ਬਾਅਦ ਜਿਹੜਾ ਹਰਿਆਣਾ ਸਰਕਾਰ ਨੇ ਕਹਿਤਾ ਸੀਗਾ ਕਿ ਅਸੀਂ ਕਾਰਵਾਈ ਕਰਾਂਗੇ ਉੱਤੇ, ਉਹਦਾ ਤਬਾਦਲਾ ਕਰ ਦਿੰਦੇ ਹਾਂ। ਤਬਾਦਲਾ ਤਾਂ ਕਿਸੇ ਦਾ ਵੀ ਕਰ ਦਿੰਦੇ ਜਦੋਂ ਨਹੀਂ ਕਿਸੇ ਨਾਲ ਬਣਦੀ। ਪਰ ਉਸ ਬੰਦੇ ਨੇ ਆਰਡਰ ਦਿੱਤਾ ਸੀ, ਉਸ ਬੰਦੇ ਨੇ ਉਹਦਾ ਕਰਕੇ 5 ਵਾਰ ਪੁਲਿਸ ਨੇ ਰਹਿ ਰਹਿ ਕੇ ਕਿਸਾਨਾਂ ਦੇ ਉੱਤੇ ਤਸ਼ੱਦਦ ਟਾਇਆ ਅਤੇ ਇੱਕ ਕਿਸਾਨ ਦੀ ਮੌਤ ਵੀ ਹੋ ਗਈ। ਇਹਨੂੰ ਤੁਸੀਂ ਕਿੱਥੇ ਤੱਕ ਸਾਰਥਕ ਠਹਿਰਾਉਂਦੇ ਹੋ ਜੀ? ਦੇਖੋ, ਮੇਰੇ ਦਾਦਕਿਆਂ ਦੇ ਵਿੱਚ ਸਾਰੇ ਹੀ ਕਿਸਾਨ ਸਨ ਤੇ ਹੁਣ ਵੀ ਕਿਸਾਨੀ ਕਰ ਰਹੇ ਨੇ, ਤੇ ਮੈਂ ਤੇ ਇੱਕ ਇਸੇ ਤਰ੍ਹਾਂ ਲਹੂ ਕਿਸਾਨ ਦਾ ਹੁੰਦਿਆਂ ਹੋਇਆਂ ਸਰੀਰ ਵਿੱਚ ਇਹੀ ਕਹਿ ਸਕਦੀ ਹਾਂ ਕਿ ਸਮੂਹ ਕਿਸਾਨਾਂ ਵੱਲੋਂ ਅਸੀਂ ਇੱਕ ਨਾਰਾ ਬੁਲੰਦ ਅੱਜ ਕਰਦੇ ਹਾਂ, ਤੁਸੀਂ ਕਾਨੂੰਨ ਲਿਖੋ, ਅਸੀਂ ਇਤਿਹਾਸ ਲਿਖਾਂ। ਚੇਤੇ ਹੋਏਗਾ ਤੁਹਾਨੂੰ ਬੋਲੀਵੀਆ ਵਿੱਚ ਵੀ ਸਨ 1997 ਵਿੱਚ ਜਦੋਂ ਅੱਤ ਹੋਈ ਸੀ, ਇਸੇ ਤਰ੍ਹਾਂ ਹੀ ਕਿਸਾਨਾਂ ਤੇ ਤਸ਼ੱਦਦ ਢਾਏ ਗਏ ਸਨ, ਬੈਰੀਕੇਡਸ ਉਦੋਂ ਵੀ ਲੱਗੇ ਸਨ, ਉਦੋਂ ਪਛਾੜਾਂ ਵੀ ਪਾਈਆਂ ਗਈਆਂ ਸੀ, ਉਦੋਂ ਵੀ ਰਬਰ ਬੁਲੇਟਸ ਵੀ ਸੀ, ਬੇਅੰਤ ਨੂੰ ਮਾਰ ਮੁਕਾਇਆ ਗਿਆ ਸੀ, ਉਦੋਂ ਵੀ ਰਾਤੋ ਰਾਤ ਜਿਸ ਤਰੀਕੇ ਇਹਨਾਂ ਨੂੰ ਜੇਲ੍ਹਾਂ 'ਚ ਤੁੰਨ ਦਿੱਤੇ ਜਾਂਦੇ ਸਨ, ਜਿਵੇਂ ਉਦੋਂ ਵੀ ਝੂਠੇ ਕੇਸ ਬਣੇ, ਅਖਬਾਰਾਂ ਤੇ ਰੋਕ ਲਾਈ ਗਈ ਕਿ ਸੱਚ ਨਾ ਦੱਸੋ, ਝੂਠ ਫੈਲਾਇਆ ਗਿਆ, ਅਡੰਬਰ ਸੀ ਚੁਫੇਰੇ, ਉਦੋਂ ਵੀ ਇੱਕ ਮੌਤ ਅਖੀਰ ਵਿਕਟਰ ਹਿਊਗੋ ਦੀ ਹੋਈ ਸੀ, ਜਿਹਨੇ ਫਿਰ 34 ਲਾਈ ਸੀ, ਤੇ ਫਿਰ ਅਖੀਰ ਸਭ ਜਾਣਦੇ ਨੇ ਕਿ ਪਾਣੀ ਖੁਣੋ ਜਿਵੇਂ ਉਦੋਂ ਤਰਸਾਇਆ ਗਿਆ ਸੀ, ਉਹ ਵੀ ਕਾਰਪੋਰੇਟ ਘਰਾਣਿਆਂ ਨੂੰ ਹੀ ਫਾਇਦਾ ਪਹੁੰਚਾਉਣ ਲਈ, ਜਿੱਥੇ $100 ਉਹਨਾਂ ਦੀ ਆਮਦਨ ਹੁੰਦੀ ਸੀ ਗਰੀਬਾਂ ਦੀ, ਤੇ ਉਹਦੇ ਚੋਂ $20 ਉਹਨਾਂ ਨੂੰ ਪਾਣੀ ਦੇ ਭਰਨੇ ਪੈਂਦੇ ਸੀ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿਵੇਂ ਤਰ੍ਹਾਂ ਤਰ੍ਹਾਂ ਲੋਕ ਘਰ ਉੱਠੇ ਸਨ, ਸੜਕਾਂ ਤੇ ਖੜੇ ਹੋਇਆਂ ਵੀ ਕਿੰਨੇ ਸਾਲ ਉਹ ਇੱਥੇ ਏਦਾਂ ਹੀ ਲਟਕਦੇ ਰਹੇ, ਪਰ ਕੋਈ ਸੁਣਵਾਈ ਨਹੀਂ ਹੋਈ ਕਾਰਪੋਰੇਟ ਘਰਾਣਿਆਂ ਸਦਕਾ, ਤੇ ਉਦੋਂ ਰੋਲ ਜੋ ਇਹਨਾਂ ਦੇ IAS ਤੇ IPS ਦੇ ਸਾਹਮਣੇ ਆਏ ਸਨ, ਜੋ ਉਹ ਹਿਸਟਰੀ ਬਣ ਚੁੱਕੇ ਨੇ, ਉਹਨਾਂ ਨੇ ਜਿੰਨੇ ਤਸ਼ੱਦਦ ਢਾਏ, ਜਿਵੇਂ ਬਾਅਦ ਵਿੱਚ ਉਹਨਾਂ ਵਿੱਚੋਂ ਜੋ ਲੋਕਾਂ ਨੇ ਆਪਣੀਆਂ ਸਟੇਟਮੈਂਟਸ ਦਿੱਤੀਆਂ, ਜੋ ਇਹ IAS ਕਲੀਅਰ ਕਰਕੇ ਗਏ ਸਨ, ਮੈਂ ਕੁਝ ਕੁ ਸਟੇਟਮੈਂਟ ਸਾਂਝੀਆਂ ਕਰਦੀ ਹਾਂ ਜਿਹਨਾਂ ਤੋਂ ਅੰਦਾਜ਼ਾ ਹੋ ਜਾਏਗਾ ਮੌਜੂਦਾ ਹਾਲਾਤ ਕਿਉਂ ਤੇ ਕਿਵੇਂ ਆਏ। ਉਦੋਂ ਉਹ ਆਪ ਮੰਨੇ ਸਨ ਕਿ ਅਸੀਂ ਜੀ ਹਜ਼ੂਰੀ ਵਿੱਚ ਸਾਂ, ਸਾਨੂੰ ਵਧੀਆ ਪੋਸਟ ਮਿਲ ਜਾਣ, ਇਸ ਸਦਕਾ ਅਸੀਂ ਆਪਣੇ ਉੱਪਰਲੇ ਆਕਾ ਨੂੰ ਅਸੀਂ ਉਹਨਾਂ ਦੇ ਅੱਗੇ ਸਿਰ ਝੁਕਾ ਦਿੰਦੇ ਸਾਂ ਕਿ ਜੋ ਵੀ ਹੁਕਮ ਦਿੰਦੇ ਹੋ ਅਸੀਂ ਠੀਕ ਹੈ। ਯਾਨੀ ਉਹਨਾਂ ਦੇ ਅੰਦਰ ਕਿਤੇ ਹਿਊਮਨ ਰਾਈਟ ਖਤਮ ਹੋ ਚੁੱਕੇ ਸਨ, ਕਿਸੇ ਹੋਰ ਪ੍ਰਤੀ ਹਮਦਰਦੀ ਖਤਮ ਹੋ ਚੁੱਕੀ ਸੀ, ਉਹ ਸਿਰਫ ਤੇ ਸਿਰਫ ਆਪਣੀ ਕੁਰਸੀ, ਆਪਣਾ ਅਹੁਦਾ, ਆਪਣਾ ਰੁਤਬਾ ਬਚਾਉਣ ਦੇ ਚੱਕਰ ਵਿੱਚ ਇੰਨੇ ਕੁ ਜ਼ਾਲਮ ਹੋ ਗਏ ਸਨ ਕਿ ਸਾਡੇ ਸਾਹਮਣੇ ਇਹ ਤਸਵੀਰ ਉਦੋਂ ਆਈ। ਮੈਂ ਸਿਰਫ 15-12 ਕੁ ਸਾਲ ਹੀ ਪਹਿਲਾਂ ਦੀ ਲੈ ਕੇ ਜਾਂਦੀ ਹਾਂ, ਜਿੱਥੇ ਭਾਰਤ ਇੱਥੇ ਪੰਜਾਬ ਵਿੱਚ ਮੁੱਖ ਪੰਨਿਆਂ ਦੇ ਉੱਤੇ ਅੰਗਰੇਜ਼ੀ ਅਖਬਾਰਾਂ ਵਿੱਚ ਇੱਕ ਤਸਵੀਰ ਤੇ ਖਬਰ ਛਪੀ ਸੀ, ਜਿੱਥੇ ਇੱਕ ਤਾਜ਼ਾ DC ਲੱਗਿਆ, IAS ਕਲੀਅਰ ਹੋਇਆ, ਤੇ ਉਹਨੇ ਇਸੇ ਤਰ੍ਹਾਂ ਕਿਸਾਨ ਬੈਠੇ ਸਨ ਸੜਕਾਂ ਤੇ, ਜਿਹਨਾਂ ਨੂੰ ਧੱਕੇ ਵੀ ਮਾਰੇ ਤੇ ਠੁੱਡੇ ਮਾਰਦੇ ਦੀ ਤਸਵੀਰ ਲੱਗੀ ਸੀ, ਫਰੰਟ ਪੇਜ ਤੇ ਤਸਵੀਰ ਲੱਗੀ ਸੀ ਕਿ ਠੁੱਡੇ ਮਾਰ ਰਿਹਾ ਉਹ DC, ਤੇ ਫਿਰ ਜਦੋਂ ਉਹਦੀ ਇੰਟਰਵਿਊ ਲਈ ਉਸੇ ਅਖਬਾਰ ਵਾਲੇ ਦੇ ਜਿਹੜਾ ਨੁਮਾਇੰਦਾ ਸੀ, ਤੇ ਉਹਨੇ ਜਵਾਬ ਦਿੱਤਾ ਇਹ ਕੀੜੇ ਮਕੌੜੇ ਨੇ, ਖਿਆਲ ਕਰਿਓ ਸ਼ਬਦ ਛਪੇ ਹੋਏ ਨੇ ਮੁੱਖ ਪੰਨੇ ਤੇ, ਕਿ ਇੱਕ DC ਕਹਿ ਰਿਹਾ ਕੀੜੇ ਮਕੌੜੇ ਨੇ ਤੇ ਠੁੱਡੇ ਮਾਰ ਰਿਹਾ, ਕਿ ਇਹਨਾਂ ਨੂੰ ਹੱਥ ਲਾਉਣ ਜੋਗੇ ਵੀ ਨਹੀਂ, ਮੈਂ ਠੁੱਡੇ ਮਾਰ ਸਕਦਾ। ਲੋਕ ਰੋ ਸੀ ਕਿ ਉਹਨੂੰ ਉੱਥੋਂ ਤਬਦੀਲ ਕਰਨਾ ਪਿਆ, ਪੰਜਾਬ ਚੋਂ ਬਾਹਰ ਕੱਢਣਾ ਪਿਆ, ਇਹ ਮੈਂ ਇੱਕ IAS ਦੀ ਤਸਵੀਰ ਦੱਸਦੀ ਪਈ ਹਾਂ। ਇਸ ਵੇਲੇ 1.5 ਲੱਖ ਨੇ ਜਿਹਨਾਂ ਦੇ ਅੱਗੇ ਜੀ ਹਜ਼ੂਰੀ ਲਈ, ਸਿਰਫ ਜਿਹੜੇ ਜੀ ਹਜ਼ੂਰੀ ਕਰ ਰਹੇ ਨੇ ਇਹਨਾਂ ਦੇ ਸਿਰਫ ਅਫਸਰਾਂ ਦੇ ਅੱਗੇ ਲੱਗੇ ਹੋਏ। ਅਸੀਂ ਗੱਲ ਪਹਿਲਾਂ ਵੀ ਕੀਤੀ ਸੀ, ਪਰ ਮੈਂ ਇੰਟਰਸਟਿੰਗ ਚੀਜ਼ ਦੱਸਦੀ ਹਾਂ। ਇਸ ਵੇਲੇ ਕਿਸਾਨਾਂ ਦੇ ਉੱਤੇ
ਜੋ ਜ਼ੁਲਮ ਢਾ ਰਹੇ ਨੇ, ਹਰ ਥਾਂ ਤੇ ਆਵਾਜ਼ ਚੁੱਕੀ ਜਾ ਰਹੀ ਹੈ ਕਿ ਕਿਸਾਨਾਂ ਦੇ ਜਿਹੜੀ ਬਿਜਲੀ ਸਬਸਿਡੀ ਹੈ ਉਹ 16,000 ਕਰੋੜ ਹੈ, ਉਹਨਾਂ ਦੀ ਫਾਰਮ ਸਬਸਿਡੀ। ਮੈਂ ਥੋੜਾ ਜਿਹਾ ਧਿਆਨ ਦਵਾ ਦਿਆਂ ਕਿ 2200 ਕਰੋੜ, ਖਿਆਲ ਕਰਿਓ, ਜੇ 16,000 ਸਾਰੇ ਕਿਸਾਨਾਂ ਲਈ ਹੈ, 2200 ਕਰੋੜ ਸਿਰਫ ਇਹ IAS ਦੇ ਦਫ਼ਤਰਾਂ ਲਈ ਜੋ ਬਿਜਲੀ ਤੇ ਉਹਨਾਂ ਦੇ ਘਰਾਂ 'ਚ ਵਰਤੀ ਜਾ ਰਹੀ ਹੈ। ਮੇਰੇ ਕੋਲ ਫਿਗਰਸ ਪਏ ਨੇ ਇਹ ਪੰਜਾਬ ਦੀ ਇਹ ਹੈ ਜੀ ਜਿਹੜੇ ਨਾਲੇ। ਦੇਖੇ ਹੋਏ PG ਪੰਜਾਬ ਦੇ ਜੀ 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 PSPCL ਦੀ ਅਫੀਸ਼ੀਅਲ ਡਾਕੂਮੈਂਟਸ ਨੇ ਰਾਈਟ। ਕਿ ਇਹਨਾਂ ਅਫਸਰਾਂ ਤੇ ਇੰਨੀ ਸਬਸਿਡੀ ਕਿਉਂ ਦਿੱਤੀ ਜਾ ਰਹੀ ਹੈ, ਕਿਸ ਕਾਰਨ ਇਹ ਸਬਸਿਡੀ ਜਦ ਡਾਕਟਰ ਤੱਕ ਸਾਹਿਬ, ਅਸੀਂ ਉਹਨਾਂ ਡਾਕਟਰ ਸਾਹਿਬ ਬਹੁਤ ਸੋਹਣਾ ਤੁਸੀਂ ਗੱਲ ਕਰ ਰਹੇ ਹੋ। ਕੱਲਾਂ ਆਈਆਂ ਸੀਗੀਆਂ, ਡ੍ਰਾਪ ਹੋ ਗਈਆਂ ਫੋਰ ਸਮ ਰੀਜ਼ਨ। ਮੈਂ ਸਾਡੇ ਦਰਸ਼ਕਾਂ ਨੂੰ ਦੱਸਦਾ ਕਿ ਤੁਸੀਂ ਜ਼ਰੂਰ ਆਪਦੇ ਵਿਚਾਰ ਸਾਂਝੇ ਜ਼ਰੂਰ ਕਰਿਓ। ਡਾਕਟਰ ਸਾਹਿਬ ਆਪਣੇ ਨਾਲ ਇਲੈਬਰੇਟ ਕਰ ਰਿਹਾ, ਪਰ ਇੱਕ ਸੈਗਮੈਂਟ ਤੋਂ ਬਾਅਦ ਆਪਾਂ ਤੁਹਾਡੀਆਂ ਕੱਲਾਂ ਜਿੰਨੀਆਂ ਹੋ ਸਕੇ ਆਪਾਂ ਲਵਾਂਗੇ, ਪਰ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਇੱਦਾਂ ਬਣੇ ਰਹੋ ਜਸ ਪੰਜਾਬੀ ਦੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ ਆਪਣੇ ਨਾਲ ਜੁੜੇ ਹੋਏ ਨੇ ਡਾਕਟਰ ਹਰਸ਼ਿੰਦਰ ਕੌਰ ਜੀ। ਡਾਕਟਰ ਸਾਹਿਬ ਤੁਸੀਂ ਬਹੁਤ ਸੋਹਣਾ ਇਲੈਬਰੇਟ ਕਰ ਰਹੇ ਸੀ, ਪਰ ਆਪਣੇ ਨਾਲ ਅਟਵਾਲ ਸਾਹਿਬ ਜੁੜ ਗਏ, ਉਹਨਾਂ ਦੀ ਕਾਲ ਲੈ ਕੇ ਆਪਾਂ ਅੱਗੇ ਵੱਧਦੇ ਹਾਂ ਜੀ। ਅਟਵਾਲ ਸਾਹਿਬ ਤੁਸੀਂ ਓਨਰ ਹੋ, ਡਾਕਟਰ ਸਾਹਿਬ ਆਪਣੇ ਨਾਲ ਬਣੇ ਹੋਏ ਹੈ, ਬਹੁਤ ਬਹੁਤ ਸਵਾਗਤ ਤੁਹਾਡਾ। ਬਿਲਾਲ ਜੀ ਸਤਿ ਸ਼੍ਰੀ ਅਕਾਲ ਤੇ ਬਹੁਤ ਸ਼ੁਕਰੀਆ, ਤੇ ਡਾਕਟਰ ਸਾਹਿਬ ਦਾ ਆਲਵੇਸ ਧੰਨਵਾਦ ਕਿ ਇੰਪੋਰਟੈਂਟ ਇਸ਼ੂਜ਼ ਤੇ ਸਾਨੂੰ ਜਾਣਕਾਰੀ ਦਿੰਦੇ ਆ। ਡਾਕਟਰ ਸਾਹਿਬ ਜਿਸ ਹਿਸਾਬ ਦੇ ਨਾਲ ਇਸ ਵੇਲੇ ਜਿਹੜਾ ਫਾਰਮਰਸ ਪ੍ਰੋਟੈਸਟ ਆ ਜੀ, ਸਾਰੀ ਦੁਨੀਆ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਇੱਕ ਪ੍ਰੋਟੈਸਟ ਬਣ ਚੁੱਕਾ ਹੈ, ਦੁਨੀਆ ਦੀਆਂ ਨਜ਼ਰਾਂ ਇਹਦੇ ਉੱਤੇ ਆ। ਆਪਣੇ ਹਿੰਦੁਸਤਾਨ ਦੇ ਵਿੱਚ 1.3 ਬਿਲੀਅਨ ਦੀ ਪਾਪੂਲੇਸ਼ਨ ਹੈ, ਜਿਹਦੇ ਵਿੱਚੋਂ ਅੱਧੀ ਪਾਪੂਲੇਸ਼ਨ ਫਾਰਮਿੰਗ ਕਰਦੀ ਆ। 60% ਮਾਰਜਨਲ ਫਾਰਮਰ ਆ ਜਿਹਨਾਂ ਕੋਲ 1 ਏਕੜ ਤੋਂ ਘੱਟ ਲੈਂਡ ਆ। ਜੇ ਆਪਾਂ ਆਪਣੀਆਂ ਭੈਣਾਂ ਦੀ ਮਾਤਾਵਾਂ ਦੀ ਗੱਲ ਕਰੀਏ, ਉਹਨਾਂ ਨੇ ਇਸ ਦੇ ਵਿੱਚ ਅੰਦੋਲਨ ਦੇ ਵਿੱਚ ਇੰਨਾ ਅਸੈਂਸ਼ੀਅਲ ਪਾਰਟ ਪਲੇ ਕੀਤਾ ਆ, ਉਹਨਾਂ ਦੇ ਨਾਲ ਹੀ ਅੰਦੋਲਨ ਜਾਣਿਆ ਜਾ ਰਿਹਾ ਅੱਜ ਕੱਲ੍ਹ। ਤੇ ਕੀ ਇਹ ਕਹਿਣਾ ਹੁਣ ਲਾਜ਼ਮੀ ਆ ਕਿ ਆਪਣੀਆਂ ਵਿਮੈਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਫਾਰਮਰਸ ਦਾ ਦਰਜਾ ਮਿਲੇ, ਉਹਨਾਂ ਨੂੰ ਆਪਾਂ ਕਿਸੇ ਹੋਰ ਤਰੀਕੇ ਨਾਲ ਪਛਾਣੀਏ। ਪੰਜਾਬ ਹਰਿਆਣੇ ਦੇ ਵਿੱਚ ਉਹ ਹਿੰਦੁਸਤਾਨ ਦੇ ਵਿੱਚ ਇੱਕ ਫਾਰਮਰਸ ਦੇ ਨਾਂ ਨਾਲ ਹੀ ਜਾਣੀਆਂ ਜਾਣ। ਤੇ ਦੂਸਰਾ ਕੁਐਸਚਨ ਹੈ ਜੀ, ਆਪਣੇ ਕਰਨਾਲ ਦੇ ਵਿੱਚ ਜਿਸ ਹਿਸਾਬ ਨਾਲ ਆਪਾਂ ਦੇਖਿਆ ਵਧੀਕੀ ਹੋਈ, ਤੇ ਆਪਣਾ ਜਿਹੜੀ ਆਰਟੀਕਲ ਹੈ ਜੀ 20 ਯੂਨੀਵਰਸਲ ਡੈਕਲਰੇਸ਼ਨ ਆਫ ਹਿਊਮਨ ਰਾਈਟਸ UNO ਦਾ, ਉਹਦਾ ਆਰਟੀਕਲ 19 ਆਪਾਂ ਨੂੰ ਦੱਸਦਾ ਹੈ ਕਿ ਕਿਸੇ ਨੂੰ ਵੀ ਪੀਸਫੁਲੀ ਪ੍ਰੋਟੈਸਟ ਕਰਨ ਦਾ, ਆਪਣੀ ਗੱਲ ਰੱਖਣ ਦਾ ਹੱਕ ਹਕੂਕ ਆ। ਜਿਸ ਹਿਸਾਬ ਨਾਲ ਆਪਣੀ ਸਰਕਾਰ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੀ ਆ ਗਲੋਬਲੀ, ਕੋਈ ਵੀ ਕਿਤੇ ਵੀ ਬੈਠਾ ਆ, ਉਹ ਕਿਸ ਕਿਸਮ ਦੇ ਨਾਲ ਇਹਦੇ ਵਿੱਚ ਆਪਣੀ ਆਵਾਜ਼ ਦਰਜ ਕਰ ਸਕਦਾ ਹੈ ਕਿ ਇੱਦਾਂ ਦੀਆਂ ਹਿਊਮਨ ਰਾਈਟਸ ਵਾਇਲੇਸ਼ਨ ਨਾ ਹੋਣ। ਧੰਨਵਾਦ ਜੀ। ਧੰਨਵਾਦ ਅਟਵਾਲ ਸਾਹਿਬ, ਬਹੁਤ ਸੋਹਣਾ ਇਲੈਬਰੇਟ ਕੀਤਾ ਤੁਸੀਂ, ਆਪਦਾ ਕੁਐਸਚਨ ਬਹੁਤ ਸੋਹਣਾ ਪੁੱਛਿਆ। ਡਾਕਟਰ ਸਾਹਿਬ ਤੋਂ ਆਨਸਰ ਸੁਣੋ ਜੀ, ਧੰਨਵਾਦ ਕਾਲ ਕਰਨ ਦਾ। ਦੇਖੋ ਜਿਸ ਮੁਲਕ ਦਾ ਚੀਫ ਜਸਟਿਸ ਕਹਿ ਰਿਹਾ ਹੋਵੇ ਕਿ ਔਰਤਾਂ ਪ੍ਰੋਟੈਸਟ ਵਿੱਚ ਸ਼ਾਮਿਲ ਹੀ ਕਿਉਂ ਹੋਈਆਂ, ਇਹਨਾਂ ਨੂੰ ਘਰ ਵਿੱਚ ਬਹਿਣਾ ਚਾਹੀਦਾ। ਮੈਂ ਤੁਹਾਨੂੰ ਇਹ ਫੈਕਟ ਦੱਸ ਰਹੀ ਹਾਂ, ਇਹ ਫਰੰਟ ਪੇਜ ਤੇ ਪਬਲਿਸ਼ ਨਿਊਜ਼ ਹੈ ਕਿ ਸਾਡੇ ਭਾਰਤ ਦੇ ਚੀਫ ਜਸਟਿਸ ਨੇ ਸਟੇਟਮੈਂਟ ਦਿੱਤੀ ਸੀ ਜਦੋਂ ਔਰਤਾਂ ਨਿਤਰੀਆਂ ਸਨ, ਜਦੋਂ ਇਹਨਾਂ ਨੇ ਪਹਿਲਾਂ 18 ਜਨਵਰੀ 2021 ਚ ਮਹਿਲਾ ਕਿਸਾਨ ਦਿਵਸ ਮਨਾਇਆ, ਫਿਰ ਉਹਨਾਂ ਨੇ ਅੰਤਰਰਾਸ਼ਟਰੀ ਔਰਤਾਂ ਦੇ ਦਿਨ ਨੂੰ ਵੀ ਕਿਸਾਨ ਦਿਵਸ, ਮਹਿਲਾ ਕਿਸਾਨ ਦਿਵਸ ਵਜੋਂ ਮਨਾਇਆ, ਫਿਰ 27 ਜੁਲਾਈ ਵਿੱਚ ਜੰਤਰ ਮੰਤਰ ਤੇ ਉਹ ਬੈਠੀਆਂ। ਤੇ ਮੈਂ ਹੈਰਾਨ ਆ ਕਿ ਅਸੀਂ ਖਰੇ ਕਿੰਨੇ ਹੀ ਸਿਗਨੇਚਰ ਕੈਂਪੇਨ ਇੱਥੇ ਕਰ ਚੁੱਕੇ ਹਾਂ ਜੋ ਬੋਲੇ ਕੰਨਾਂ ਦੇ ਉੱਤੇ ਪਹੁੰਚਦੇ ਨੇ, ਕਿਸੇ ਥਾਂ ਅੱਗੇ ਗੱਲ ਸੁਣਵਾਈ ਹੁੰਦੀ ਨਹੀਂ। ਪਰ ਜਦੋਂ ਚੀਫ ਜਸਟਿਸ ਦੀ ਸੋਚ ਅਜਿਹੀ ਹੋਵੇ, ਤੇ ਜਿਹਦੇ ਵਿੱਚ ਮੈਂ ਦੱਸ ਦਿਆਂ ਜਿਹੜੇ 77 ਸਾਹਿਬਾਨ ਨੇ ਇਹ ਕਾਨੂੰਨ ਬਣਵਾਏ ਸਨ, ਸਾਰਾ ਕੁਝ ਜਰਾ ਸੁਣ ਲਓ, ਉਹਨਾਂ ਵਿੱਚੋਂ 84 IAS ਇਹ ਸਟੇਟਮੈਂਟ ਦਿੱਤੀ ਜੇ ਰਾਜ ਸਭਾ ਦੇ ਵਿੱਚ 31 ਮਾਰਚ 2010 ਨੂੰ ਜੀ, 84 IAS ਤੇ 33 IPS ਨੇ ਜਿਨ੍ਹਾਂ ਦੇ ਅਗੇਂਸਟ ਕ੍ਰਿਮੀਨਲ ਚਾਰਜਸ ਪੈਂਡਿੰਗ ਨੇ। 2010 ਦੀ ਗੱਲ ਕਰ ਰਹੀ ਹਾਂ, 31 ਮਾਰਚ ਹਾਲੇ ਤੱਕ ਉਹ ਪੈਂਡਿੰਗ ਹੀ ਤੁਰ ਰਹੇ ਨੇ, ਜਿਨ੍ਹਾਂ ਵਿੱਚੋਂ 21 IAS ਤੇ 6 IPS ਦੇ ਵਿਰੁੱਧ CBI ਇਨਕੁਆਇਰੀ ਮਾਰਕ ਹੋ ਚੁੱਕੀ ਹੈ। ਕ੍ਰਿਮੀਨਲ ਇਸ ਕਦਰ ਦੇ ਕਿ ਉਹਨਾਂ ਤੇ ਕਤਲ ਤੱਕ ਦਾ ਕੇਸ ਚੱਲ ਰਿਹਾ, ਪਰ ਕਿਸੇ ਵੀ ਹਾਲ ਵਿੱਚ ਕੋਈ ਕੇਸ ਅਜੇ ਤੱਕ ਉਹਨਾਂ ਤੇ ਹੋਇਆ ਨਹੀਂ। ਇਹ ਜਦੋਂ ਜ਼ਮੀਰ ਜਾਗਦੀ ਹੈ ਇਹਨਾਂ ਦੀ, ਮੈਂ ਗੱਲ ਕਰਨਾ ਚਾਹਾਂਗੀ 10 ਮਾਰਚ 2021 ਨੂੰ ਟਾਈਮਸ ਆਫ ਇੰਡੀਆ 'ਚ ਜੋ ਖਬਰ ਛਪੀ ਸੀ, ਜਿੱਥੇ ਇਹ ਰਿਟਾਇਰਡ IAS ਤੇ IPS ਆਫਿਸਰਸ ਨੇ ਆਪ ਸਟੇਟਮੈਂਟਾਂ ਦਿੱਤੀਆਂ ਜੋ ਛਪੀਆਂ ਨੇ, ਕਿ ਹਾਂਜੀ ਸਾਡਾ ਜ਼ਮੀਰ ਜਾਗਿਆ, ਸਾਡੇ ਤੋਂ ਜਬਰੀ ਗਲਤ ਕੰਮ ਕਰਾਇਆ ਜਾਂਦਾ ਨੌਕਰੀ 'ਚ ਹੁੰਦਿਆਂ ਹੋਇਆਂ, ਸਾਡੇ ਉੱਤੇ ਅਨਪੜ੍ਹ ਮੰਤਰੀ ਕਈ ਵਾਰ ਬੈਠੇ ਹੁੰਦੇ ਨੇ, ਤੇ ਕਈ ਵਾਰ ਉਹ ਇੰਨੇ ਕੁ ਗਲਤ ਕੰਮ ਕਰਾਉਂਦੇ ਨੇ ਜਿਨ੍ਹਾਂ ਲਈ ਅਸੀਂ ਮਜਬੂਰ ਹੋ ਜਾਂਦੇ ਹਾਂ ਯੈਸ ਮੈਨ ਬਣ ਕੇ ਉਦੋਂ ਕਰਨ ਨੂੰ, ਪਰ ਹੁਣ ਅਸੀਂ ਰਿਟਾਇਰ ਹੋ ਚੁੱਕੇ ਹਾਂ, ਸਾਡੇ ਜ਼ਮੀਰ ਜਾਗੇ ਨੇ, ਅੱਜ ਅਸੀਂ ਕਿਸਾਨਾਂ ਦੇ ਨਾਲ ਹਾਂ। ਪੂਰੇ ਭਾਰਤ ਵਿੱਚ
ਵੱਖੋ ਵੱਖਰੀ ਥਾਂ ਤੇ ਰਿਟਾਇਰਡ ਆਈਏਐਸ ਆਈਪੀਐਸ ਹੀ ਸ਼ਾਮਲ ਹੋ ਰਹੇ ਨੇ ਕਿ ਅੱਜ ਅਸੀਂ ਕਿਸਾਨਾਂ ਦੇ ਨਾਲ ਆ ਪਰ ਇਹਨਾਂ ਵਿੱਚੋਂ ਵੱਡੀ ਗਿਣਤੀ ਉਹ ਸਨ ਜਿਹੜੇ ਨੌਕਰੀ ਵਿੱਚ ਹੁੰਦੇ ਹੋਏ ਸਪੋਰਟ ਕਰਦੇ ਰਹੇ ਯਾਨੀ ਅਸੀਂ ਕਿਉਂ ਆਪਣੀ ਉਸ ਸਮੇਂ ਅਣਖ ਮਾਰ ਦਿੰਦੇ ਆ ਇੱਕ ਪੈਸੇ ਪਿੱਛੇ ਇੱਕ ਆਪਣੀ ਸ਼ੋਹਰਤ ਪਿੱਛੇ ਆਪਣੇ ਅਹੁਦੇ ਪਿੱਛੇ ਰੁਤਬੇ ਪਿੱਛੇ ਮੁਫਤਖੋਰੀ ਪਿੱਛੇ ਕਿ ਮੁਫਤ ਸਾਨੂੰ ਬਿਜਲੀ ਮੁਫਤ ਪਾਣੀ ਮੁਫਤ ਸੇਵਾਦਾਰ ਮਿਲਣਗੇ ਇਸ ਪਿੱਛੇ ਅਸੀਂ ਆਮ ਲੋਕਾਂ ਦੀ ਆਵਾਜ਼ ਨਹੀਂ ਸੁਣਦੇ ਤੁਸੀਂ ਇਹ ਦੇਖ ਲਓ ਇਹਨਾਂ ਬੇਤਾਜ ਬਾਦਸ਼ਾਹ ਜੋ ਬਣੇ ਇਹਨਾਂ ਦੇ ਵਿੱਚੋਂ ਜਿੰਨੇ ਤਸ਼ੱਦਦ ਜਿੰਨੇ ਕੇਸ ਨੇ ਜਿਹੜੇ ਕਿ ਔਰਤਾਂ ਉੱਤੇ ਇਹਨਾਂ ਨੇ ਡਿਊਟੀ ਦੌਰਾਨ ਜੋ ਉਹਨਾਂ ਦੇ ਮਤਹਿਤ ਕੰਮ ਕਰਦੀਆਂ ਸਨ ਉਹਨਾਂ ਦੇ ਨਾਲ ਜੋ ਮਾੜੇ ਵਰਤਾਰੇ ਕੀਤੇ ਉਹਨਾਂ ਦੇ ਵੀ ਬਹੁਤ ਸਾਰੇ ਕਿੱਸੇ ਦੱਬ ਦਿੱਤੇ ਗਏ ਬਾਹਰ ਨਹੀਂ ਨਿਕਲਣ ਦਿੱਤੇ ਖਬਰਾਂ ਨਿਕਲਦੀਆਂ ਆਵਾਜ਼ਾਂ ਉੱਠਦੀਆਂ ਫਿਰ ਉਹਨਾਂ ਤੇ ਕਿਸੇ ਕਿਸਮ ਦਾ ਦਬਾਅ ਪਾ ਕੇ ਜਾਂ ਝੂਠੇ ਕੇਸ ਪਾ ਕੇ ਉਹਨਾਂ ਨੂੰ ਦੱਬ ਦਿੱਤਾ ਜਾਂਦਾ ਸੋ ਇਹੀ ਕਾਰਨ ਹੈ ਕਿ ਸਾਨੂੰ ਅੱਜ ਦੇ ਪ੍ਰੋਗਰਾਮ ਰਾਹੀਂ ਇਹ ਜਾਣਕਾਰੀ ਦੇ ਕੇ ਕਿਵੇਂ ਅਸੀਂ ਇਹ ਮੁੱਦਾ ਸਾਂਭੀਏ ਉਹਦੇ ਬਾਰੇ ਗੱਲ ਕਰਨ ਦੀ ਲੋੜ ਹੈ ਆਪਣਾ ਕਾਲਰ ਜੁੜ ਗਿਆ ਕਾਲ ਲੈ ਕੇ ਅੱਗੇ ਵਧਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਆਨ ਏਅਰ ਕੌਣ ਸਾਹਿਬ ਬੋਲ ਰਹੇ ਹੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਮੈਂ ਸੁਰਿੰਦਰ ਸਿੰਘ ਗਿੱਲ ਬੋਲ ਰਿਹਾ ਸਟੋਕਟਨ ਕੈਲੀਫੋਰਨੀਆ ਤੋਂ ਜੀ ਜੀ ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਕਾਲ ਕਰਨ ਦਾ ਡਾਕਟਰ ਸਾਹਿਬ ਆਪਣੇ ਨਾਲ ਬਣੇ ਹੋਏ ਠੀਕ ਹੈ ਜੀ ਮਿਹਰਬਾਨੀ ਜੀ ਹਾਂਜੀ ਹਾਂਜੀ ਮੈਂ ਭੈਣ ਜੀ ਹੁਣਾਂ ਤੋਂ ਇਹੋ ਹੀ ਥੋੜ੍ਹਾ ਜਿਹਾ ਗੱਲ ਪੁੱਛਣੀ ਸੀ ਜੀ ਭਈ ਜਿੱਦਾਂ ਸ਼ਹੀਦੇ ਆਜ਼ਮ ਭਗਤ ਸਿੰਘ ਹੁਣਾਂ ਦਾ ਪਰਿਵਾਰ ਆਪ ਹੋ ਤੇ ਕਰਤਾਰ ਸਿੰਘ ਸਰਾਭਾ ਜਾਂ ਹੋਰ ਜਿੰਨੇ ਵੀ ਸਾਡੇ ਮਹਾਨ ਯੋਧੇ ਸੀ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਇਸ ਦੇਸ਼ ਲਈ ਇਹਨਾਂ ਲੋਕਾਂ ਦੀ ਮਤਲਬ ਆਉਣੇ ਵਾਲੇ ਚੰਗੇ ਦਿਨ ਆਉਣ ਇਹਨਾਂ ਵਾਸਤੇ ਇਹਨਾਂ ਨੂੰ ਹਰ ਤਰ੍ਹਾਂ ਦੀਆਂ ਜੋ ਵੀ ਇਹਨਾਂ ਦੇ ਰਾਈਟ ਹੈਗੇ ਉਹ ਇਹਨਾਂ ਨੂੰ ਮਿਲਣ ਨਾ ਕਿ ਇਹ ਲੋਕ ਚੰਦ ਲੋਕ ਜਿਹੜੇ ਮੁੜ ਕੇ ਉਹਨਾਂ ਤੋਂ ਵੀ ਬੁਰਾ ਇਹਨਾਂ ਦੇ ਨਾਲ ਸਲੂਕ ਕਰ ਰਹੇ ਆ ਹਰ ਪੱਖ ਨਾਲ ਹੀ ਇਹਨਾਂ ਨਾਲ ਧੱਕਾ ਕਰ ਰਹੇ ਆ ਲੁੱਟ ਖੋਹ ਕਰ ਰਹੇ ਆ ਔਰ ਉਸੇ ਤਰ੍ਹਾਂ ਦੀ ਰਾਜਾ ਸ਼ਾਹੀ ਸਿਸਟਮ ਸਾਰਾ ਇਹਨਾਂ ਤੇ ਉੱਤੇ ਥੋਪ ਰਹੇ ਆ ਕਿ ਇਹ ਕਿੱਥੇ ਦਾ ਅਨਿਆਂ ਹੈ ਇੰਨਾ ਵੱਡਾ ਧੱਕਾ ਕਿਉਂ ਹੋ ਰਿਹਾ ਹੈ ਇਹ ਕਿਉਂ ਕਦੀ ਕੀ ਇਹ ਬਦਲੇਗਾ ਇਹਦੇ ਬਾਰੇ ਮੈਂ ਇਹੋ ਥੋੜ੍ਹਾ ਜਿਹਾ ਪੁੱਛਣਾ ਵੀਰ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਕਾਲ ਕਰਨ ਦਾ ਸੁਣੋ ਆਨਸਰ ਸੁਣੋ ਜੀ ਦੇਖੋ ਮੈਂ ਕਸੂਰਵਾਰ ਗਿਣਦੀ ਹਾਂ ਕਿ ਅਸੀਂ ਕਸੂਰਵਾਰ ਹਾਂ ਕਾਰਨ ਸੁਣਿਓ ਕਿਉਂ ਜੀ ਇਹਨਾਂ ਨੂੰ ਚੁਣਨ ਵਾਲੇ ਕੌਣ ਨੇ ਜੇ ਅਸੀਂ ਹਾਂ ਚੁਣਨ ਵਾਲੇ ਤਾਂ ਇਹਦਾ ਮਤਲਬ ਇਹੋ ਹੈ ਕਿ ਅਸੀਂ ਮੰਨਿਆ ਕਿ ਹਾਂਜੀ ਅਸੀਂ ਤੁਹਾਨੂੰ ਸਿਰਾਂ ਤੇ ਬਿਠਾਵਾਂਗੇ ਤੁਸੀਂ ਸਾਡੇ ਤੇ ਤਸ਼ੱਦਦ ਕਰੋ ਸਾਡੀ ਚਮੜੀ ਲਾਓ ਤਿੰਨ ਗੁਣਾ ਸਾਡੇ ਤੋਂ ਟੈਕਸ ਵਸੂਲੀ ਕਰੋ ਤੇ ਫਿਰ ਅਸੀਂ ਤੁਹਾਡੇ ਅੱਗੇ ਜੀ ਹਜ਼ੂਰੀ ਗੋਡੇ ਉਸੇ ਤਰ੍ਹਾਂ ਟੇਕਦੇ ਰਵਾਂਗੇ ਸੜਕਾਂ ਤੇ ਡਾਂਗਾਂ ਖਾਂਦੇ ਰਵਾਂਗੇ ਪਰ ਤੁਸੀਂ ਹੀ ਅੱਗੇ ਆਓ ਯਾਨੀ ਕਹਿਣ ਦਾ ਭਾਵ ਇਹ ਹੈ ਲੱਗੇ ਭਾਵੇਂ ਮਾੜਾ ਪਰ ਸਹੀ ਗੱਲ ਇਹ ਹੈ ਕਿ ਅੱਜ ਡਾਂਗਾ ਖਾਣ ਵਾਲੇ ਆਪਣੇ ਹੱਥ ਵਿੱਚ ਕਿਉਂ ਪਾਵਰ ਨਹੀਂ ਲੈਂਦੇ ਮੈਂ ਸ਼ੁਰੂ ਚ ਹੀ ਕਿਹਾ ਤੁਸੀਂ ਕਾਨੂੰਨ ਲਿਖੋ ਅਸੀਂ ਇਤਿਹਾਸ ਲਿਖਾਂਗੇ ਕਿ ਜੇ ਅਸੀਂ ਅਗਾਂਹ ਆ ਕੇ ਇਸ ਵੇਲੇ ਨਾ ਆਪਣੇ ਨਿਤਰੇ ਇਸੇ ਮੈਦਾਨ ਵਿੱਚ ਇਹ ਵੀ ਇੱਕ ਕਿਸਮ ਦੀ ਜੰਗ ਹੀ ਹੈ ਜੋ ਆਪਣੀ ਹੋਂਦ ਲਈ ਜੇ ਇਸ ਵੇਲੇ ਪੰਜਾਬ ਦੀ ਹੋਂਦ ਤਾਂ ਹੋਣੀ ਹੈ ਆਪਣੀ ਹੋਂਦ ਵੀ ਇਸ ਵੇਲੇ ਖਤਮ ਹੋ ਚੱਲੀ ਕਿਉਂਕਿ ਅਸੀਂ ਟੱਬਰਾਂ ਦੇ ਟੱਬਰ ਉਹੀ ਅੱਗੋ ਤੀਸਰੀ ਚੌਥੀ ਪੁਸ਼ਤ ਉਹੀ ਤੁਰੀ ਜਾ ਰਹੇ ਨੇ ਚੁਫੇਰੇ ਉਹਨਾਂ ਨੇ ਆਪਣੇ ਹੀ ਭਾਵੇਂ ਉਹ ਜੱਜ ਨੇ ਭਾਵੇਂ ਐਡਵੋਕੇਟ ਨੇ ਹਾਈ ਲੈਵਲ ਤੇ ਭਾਵੇਂ ਉਹ ਕਿਸੇ ਕਿਸਮ ਦੇ ਡਾਇਰੈਕਟਰ ਨੇ ਜਾਂ ਕਿਸੇ ਵੀ ਥਾਂ ਤੇ ਉੱਚੇ ਅਹੁਦਿਆਂ ਤੇ ਹਰ ਥਾਂ ਤੇ ਆਪਣੇ ਰਿਸ਼ਤੇਦਾਰ ਬਿਠਾ ਚੁੱਕੇ ਹੋਏ ਨੇ ਯਾਨੀ ਤਬਦੀਲੀ ਦੀ ਅੱਜ ਵੀ ਸੰਭਾਵਨਾ ਨਾ ਬਰਾਬਰ ਹੈ ਜੇ ਉੱਪਰ ਬੈਠਾ ਬੰਦਾ ਨਾ ਬਦਲਿਆ ਗਿਆ ਤਾਂ ਇਸੇ ਲਈ ਅੱਜ ਸਮਾਂ ਹੈ ਕਿ ਤੁਸੀਂ ਆਪ ਇਹ ਕਿਸਾਨ ਹੁਣ ਨਿਤਰਨ ਉਹਨਾਂ ਦੀਆਂ ਧੀਆਂ ਪੁੱਤਰ ਨਿਤਰਨ ਇਸ ਮੈਦਾਨ ਵਿੱਚ ਦੇਖੋ ਮੈਂ ਮਾਵਾਂ ਦੀ ਗੱਲ ਕਰਦੀ ਹਾਂ ਔਰਤਾਂ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਇੱਕ ਔਰਤ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ ਉਹ ਛਾਜਲੀ ਦੀ ਪਿਰਦ ਮਾਤਾ ਸੀ ਜਿਹੜੀ ਉੱਥੇ ਬੈਠੀ ਸੀ ਸ਼ੰਭੂ ਬੈਰੀਅਰ ਦੇ ਕੋਲੋਂ ਟੱਪਣ ਲੱਗਿਆ ਪੁਲਿਸ ਦੀਆਂ ਡਾਂਗਾਂ ਖਾਈਆਂ ਗਿੱਟਾ ਟੁੱਟ ਗਿਆ ਸਲਾਮ ਹੈ ਉਸ ਬੀਬੀ ਨੂੰ ਸਾਡੀ ਮਾਂ ਵਰਗੀ ਉਹ ਹੈ ਕਿ ਉਹ ਇਲਾਜ ਕਰਾਉਣ ਨਹੀਂ ਗਈ ਵੇਖੋ ਇਲਾਜ ਕਰਾਉਣ ਨਹੀਂ ਗਈ ਉੱਥੇ ਹੀ ਬੈਠੀ ਰਹੀ ਤੇ ਕਿਉਂਕਿ ਹਿੱਲ ਨਹੀਂ ਸੀ ਸਕਦੀ ਟਾਕੀਆਂ ਲੀਰਾਂ ਨਾਲ ਪੱਟੀ ਲਾ ਕੇ ਪੈਰ ਬੰਨ ਲਿਆ ਤੇ ਉੱਥੇ ਬੈਠੀ ਕਹਿ ਰਹੀ ਹੈ ਸਾਹ ਤਿਆਗ ਦੇਵਾਂਗੀ ਪਰ ਆਪਣੇ ਕੁੱਖੋਂ ਜਿਹੜੇ ਜੰਮੇ ਨੇ ਨਾ ਭਗਤ ਸਿੰਘ ਵਰਗੇ ਉਹ ਅੱਜ ਇਹਨਾਂ ਤੋਂ ਜਵਾਬ ਦੇਣਗੇ ਤੇ ਮੈਂ ਉਹਨਾਂ ਭਗਤ ਸਿੰਘਾਂ ਦੀ ਰੋਟੀ ਬਣਾਉਂਦੀ ਆਖਰੀ ਸਾਹ ਲੈ ਜਾਊਂਗੀ ਪਰ ਇੱਥੋਂ ਹਿੱਲਣਾ ਨਹੀਂ ਇਹਦੇ ਜਿਗਰਾਂ ਮਾਂ ਦਾ ਜਿਹੜੀਆਂ ਬੈਠੀਆਂ ਨੇ ਉੱਥੇ ਜੋ ਇਤਿਹਾਸ ਸਿਰਜਣ ਵਾਲੀਆਂ ਨੇ ਪਰ ਗੱਲ ਇਹ ਹੈ ਕਿ ਅੱਗੋਂ ਸਾਂਭੀਏ ਤਾਂ ਸਹੀ ਕੋਈ ਕਿਸਾਨ ਵੀਰ ਉੱਠਣ
ਕਿ ਹੁਣ ਉਹਨਾਂ ਦੇ ਬੱਚੇ ਉੱਠਣ, ਤਾਂ ਕਿ ਇਹ ਰੱਦੋ ਬਦਲ ਜਦੋਂ ਹੋਣੀ ਹੈ ਸਿਆਸਤ, ਜਦ ਤੱਕ ਉਹ ਆਪ ਸਿਆਸਤ ਵਿੱਚ ਨਹੀਂ ਵੜਨਗੇ, ਇਸੇ ਤਰ੍ਹਾਂ ਡਾਂਗਾ ਹੀ ਸਾਡੀ ਕਿਸਮਤ ਵਿੱਚ ਰਹਿ ਜਾਣਗੇ। ਭੈਣ ਜੀ, ਇੱਕ ਇੱਥੇ ਨਾ ਬੜਾ ਸੋਹਣਾ ਇੱਕ ਸਵਾਲ ਖੜਾ ਹੋ ਜਾਂਦਾ, ਜਦੋਂ ਪਹਿਲਾਂ ਮੀਟਿੰਗਸ ਹੁੰਦੀਆਂ ਸੀ ਜਾਂ ਕਾਨੂੰਨ ਦੇ ਵਿੱਚ ਲਿਖਿਆ, ਖਾਸ ਕਰਕੇ ਕੰਟਰੈਕਟ ਫਾਰਮਿੰਗ ਵਾਲੇ ਦੇ ਵਿੱਚ, ਕਿ ਤੁਸੀਂ ਜੇ ਤੁਹਾਡੇ ਨਾਲ ਤੱਕਾ ਹੋਇਆ, ਤੁਹਾਨੂੰ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕਾਰਪੋਰੇਟ ਘਰਾਣਿਆਂ ਨੇ ਜਾਂ ਕਿਸੇ ਹੋਰ ਅਦਾਰੇ ਨੇ ਤੁਹਾਡੇ ਨਾਲ ਤੱਕਾ ਕੀਤਾ, ਤੁਸੀਂ SDM ਕੋਲ ਚਲੇ ਜਾਓ ਸ਼ੁਰੂ ਸ਼ੁਰੂ 'ਚ। ਬਾਅਦ 'ਚ ਉਹਨਾਂ ਨੇ ਅਲਾਓ ਕੀਤਾ ਕਿ ਤੁਸੀਂ ਕੋਰਟ ਚਲ ਜਾਓ, ਪਹਿਲਾਂ ਕੋਰਟ ਵਾਲਾ ਉਹਦੇ ਵਿੱਚ ਉਹ ਕਾਲਮ ਹੀ ਹੈ ਨਹੀਂ ਸੀਗਾ। ਹੁਣ ਇੱਕ ਉਹੀ SDM ਸਬ ਡਿਵੀਜ਼ਨਲ ਮੈਜਿਸਟਰੇਟ ਕਰਨਾਲ ਦਾ, ਉਹੀ SDM ਉਹੀ ਰੈਂਕ ਵਾਲਾ ਬੰਦਾ ਕਹਿ ਰਿਹਾ ਕਿ ਤੁਸੀਂ ਜੇ ਆਹ ਕੀਤਾ ਤਾਂ ਜੇ ਤੁਸੀਂ ਮੂੰਹ ਤੋੜ ਕੇ ਨਾ ਆਏ ਤਾਂ ਮੈਂ ਤੁਹਾਡਾ ਤੋੜ ਦੂੰਗਾ। ਵੀਡੀਓ ਸਾਹਮਣੇ ਉਹ ਸਰਕਾਰ ਦੇ ਸਾਹਮਣੇ ਉਹ ਆਪਣਾ ਪੱਲਾ ਝਾੜ ਲੈਂਦੇ ਆ ਕਿ ਅਸੀਂ ਉਹਦਾ ਤਬਾਦਲਾ ਕਰਤਾ। ਉਹ ਭਾਈ ਤੇਰੇ ਕਹਿਣ 'ਤੇ ਉਹਨਾਂ ਨੇ 5 ਵਾਰ ਕਿਸਾਨਾਂ ਨੂੰ ਕੁੱਟਿਆ, ਇੱਕ ਬੰਦੇ ਦੀ ਡੈਥ ਹੋ ਗਈ ਉੱਤੇ, ਹੂ ਕੈਨ ਬੀ ਹੈਲਡ ਰਿਸਪੋਂਸੀਬਲ ਫੋਰ ਦੈਟ? ਇੱਥੇ ਹੁੰਦਾ ਤਾਂ ਅਟੈਂਪਟਡ ਟੂ ਮਰਡਰ ਦਾ ਕੇਸ ਪੈਣਾ ਸੀ ਉਸ ਆਫਿਸਰ 'ਤੇ ਸਿੱਧਾ। ਪਰ ਗੱਲ ਇੱਥੇ ਹੈ ਕਿ ਉੱਥੇ ਸਾਡੇ ਮਾਣਯੋਗ ਨੇ, ਆਪਾਂ ਕਿਸੇ ਦੇ ਅਹੁਦੇ ਦੇ ਖਿਲਾਫ਼ ਨਹੀਂ ਬੋਲ ਰਹੇ, ਹਰਿਆਣਾ ਦੇ CM ਨੇ ਅਹੁਦੇ ਦੇ ਖਿਲਾਫ਼ ਨਹੀਂ ਬੋਲ ਰਹੇ, ਉੱਦਾਂ ਹੀ ਬਜ਼ੁਰਗ ਨੇਤਾ ਨੇ, ਉਹ ਆ ਕੇ ਜਦੋਂ ਉਹਨਾਂ ਕੋਲ ਕੋਈ ਕੁਐਸਚਨ ਪੁੱਛਦਾ ਤਾਂ ਉਹ ਕਹਿੰਦੇ ਜੀ ਪੰਜਾਬ ਦੇ ਹੀ ਕਿਸਾਨ ਮਾਹੌਲ ਖਰਾਬ ਕਰ ਰਹੇ, ਹਰਿਆਣੇ ਵਾਲਾ ਤਾਂ ਉੱਤੇ ਬੈਠਾ ਹੀ ਨਹੀਂ। ਉਹ ਇੱਦਾਂ ਪੱਲਾ ਝਾੜ ਜਾਂਦੇ, ਬੜਾ ਦੁੱਖ ਹੁੰਦਾ ਇੱਦਾਂ ਦੀਆਂ ਗੱਲਾਂ ਸੁਣ ਕੇ। ਤੁਸੀਂ ਇਸ ਤੋਂ ਪਹਿਲਾਂ ਗੱਲ ਕਰ ਰਹੇ ਸੀ ਜਿਹੜੀ ਲੇਡੀਜ਼ ਦੀ, ਅੱਜ ਮੈਂ ਇੱਕ 2-4 ਲਾਈਨਾਂ ਨੇ ਸਾਡੇ ਕ੍ਰਿਸ਼ਨ ਸੂਦ ਦੀ, ਜਿਹੜੇ ਪੰਜਾਬ ਦੇ ਰਚਨਾਕਾਰ ਨੇ, ਉਹਨਾਂ ਨੇ ਬਹੁਤ ਸੋਹਣੀਆਂ ਲਿਖੀਆਂ ਨੇ, ਉਹ ਮੈਂ ਤੁਹਾਨੂੰ ਬ੍ਰੇਕ ਤੋਂ ਬਾਅਦ ਸੁਣਾਊਂਗਾ। ਪਰ ਆਪਾਂ ਦੁਬਾਰਾ ਉਸ ਮੁੱਦੇ 'ਤੇ ਆਉਣਾ, ਡਾਕਟਰ ਸਾਹਿਬ, ਜਿਹੜਾ ਤੁਸੀਂ 2200 ਕਰੋੜ ਵਾਲਾ ਸਬਸਿਡੀ ਦਾ ਲੈ ਕੇ ਆਏ ਸੀਗੇ, ਪਰ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਡਾਕਟਰ ਹਰਸ਼ਿੰਦਰ ਕੌਰ ਜੀ, ਬਹੁਤ ਸੋਹਣਾ ਐਲਾਬਰੇਟ ਕਰ ਰਹੇ ਪੂਰੇ ਮਸਲੇ ਦੇ ਉੱਤੇ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ ਦੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਮੈਂ ਤੁਹਾਡਾ ਗੁਰਲਾਲ, ਤੁਹਾਡੇ ਰੂਬਰੂ ਹੁੰਦਾ ਟਿਊਜ਼ਡੇ, ਵੈਨਸਡੇ, ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ। ਦਰਸ਼ਕੋ, ਭਾਵੁਕ ਹੋ ਜਾਂਦੇ ਨੇ ਜਦੋਂ ਇੱਦਾਂ ਦਾ ਮਸਲੇ ਖੜ੍ਹੇ ਹੋ ਜਾਂਦੇ ਨੇ ਕਿ ਇੱਕ ਸਟੇਟ ਦਾ ਹੈੱਡ ਇਹ ਕਹਿ ਕੇ ਹੱਥ ਚੜ ਜਾਂਦਾ ਜੀ ਨਹੀਂ ਜੀ, ਦੂਜੀ ਸਟੇਟ ਦੇ ਬੰਦੇ ਨੇ ਜਿਹੜੇ ਇਹ ਕੰਮ ਕਰ ਰਹੇ ਨੇ। ਚਲੋ ਐਨੀਵੇ, ਅਹੁਦੇ ਦਾ ਸਮਾਨ ਹੈ ਸਾਨੂੰ। ਡਾਕਟਰ ਸਾਹਿਬ ਸਾਡੇ ਨਾਲ ਬਣੇ, ਡਾਕਟਰ ਹਰਸ਼ਿੰਦਰ ਕੌਰ ਜੀ, ਬਹੁਤ ਸੋਹਣਾ ਅਲੈਬਰੇਟ ਕਰ ਰਹੇ ਹਰ ਚੀਜ਼ਾਂ 'ਤੇ। ਡਾਕਟਰ ਸਾਹਿਬ, ਮੈਂ ਤੁਹਾਨੂੰ ਦੁਬਾਰਾ ਉਸ ਸਬਸਿਡੀ ਵਾਲੇ ਮਸਲੇ 'ਤੇ ਜ਼ਰੂਰ ਲਿਜਾਊਂਗਾ, ਪਰ ਉਸ ਤੋਂ ਪਹਿਲਾਂ ਮੈਂ ਇੱਕ ਕ੍ਰਿਸ਼ਨ ਸੂਦ ਜਿਹੜੇ ਰਚਨਾਕਾਰ ਨੇ ਸਾਡੇ ਪੰਜਾਬ ਦੇ, ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਕਿ ਜਿਹੜੀ ਲੇਡੀਜ਼ ਦੀ ਸ਼ਮੂਲੀਅਤ ਐਡੇ ਵੱਡੇ ਪ੍ਰੋਟੈਸਟ ਦੇ ਵਿੱਚ, ਦੁਨੀਆ ਦਾ ਸਭ ਤੋਂ ਵੱਡਾ ਪ੍ਰੋਟੈਸਟ, ਅਤੇ ਉਦੋਂ ਬਾਅਦ ਇੱਕ ਰੈਕਡ ਇਹ ਕਾਇਮ ਹੋਇਆ ਕਿ ਸਾਰ ਤੋਂ ਜ਼ਿਆਦਾ ਵੀ ਲੇਡੀਜ਼ ਜੇ ਕਿਸੇ ਪ੍ਰੋਟੈਸਟ ਸ਼ਾਮਿਲ ਹੋਈਆਂ। ਇਹ ਨੇ ਕਿ ਚੁੰਨੀ ਲੈ ਦੇ ਨਹੀਂ ਹਰੀ ਮਾਏ, ਮੈਂ ਵੀ ਧਰਨੇ 'ਤੇ ਜਾਣਾ ਹੈ, ਸੁੱਤੀ ਪਈ ਸਰਕਾਰ ਆਖਿਰ ਕਿਸੇ ਨੇ ਤਾਂ ਜਗਾਉਣਾ ਹੈ, ਬੈਠੇ ਨੇ ਲੱਖਾਂ ਵੀਰ ਮੇਰੇ, ਮੈਂ ਜਾ ਕੇ ਆਪਣਾ ਫਰਜ਼ ਨਿਭਾਉਣਾ ਹੈ, ਸੁੱਤੀ ਪਈ ਹੈ ਸਰਕਾਰ ਕਿਸੇ ਨੇ ਤਾਂ ਜਾ ਕੇ ਉਹਨਾਂ ਨੂੰ ਜਗਾਉਣਾ ਹੈ, ਇੱਕ ਲੈ ਦੇ ਸੋਟੀ ਮੈਂ ਵੀ ਕਿਸਾਨੀ ਝੰਡਾ ਲਾਉਣਾ ਹੈ, ਸੁੱਤੀ ਪਈ ਸਰਕਾਰ ਆਖਿਰ ਕਿਸੇ ਨੇ ਤਾਂ ਉਹਨਾਂ ਨੂੰ ਜਗਾਉਣਾ ਹੈ। ਕਵਿਤਾ ਬਹੁਤ ਲੰਬੀ ਹੈ, ਆਪਣੇ ਕੋਲ ਟੌਪਿਕ ਜ਼ਿਆਦਾ ਨੇ। ਸ਼ਿਰੜ ਨੂੰ ਸਲਾਮ ਹੈ ਜੀ, ਤੁਸੀਂ ਜਦੋਂ ਤੁਸੀਂ ਉੱਥੇ, ਮੈਂ ਤੁਹਾਨੂੰ ਫੋਲੋ ਕਰਦਾ ਹੁੰਦਾ, ਤੁਸੀਂ ਜਾਂਦੇ ਹੁੰਦੇ ਸੀ ਲੇਡੀਜ਼ ਨੂੰ ਹੱਲਾਸ਼ੇਰੀ ਦਿੰਦੇ ਹੁੰਦੇ ਸੀ, ਤੁਸੀਂ ਮੈਡੀਕਲ ਹੈਲਪ ਵੀ ਦਿੰਦੇ ਹੁੰਦੇ ਸੀਗੇ, ਲਾਸਟ ਵੀ ਜਦੋਂ ਤੁਸੀਂ ਗਏ ਵਧੀ ਹੱਲਾਸ਼ੇਰੀ ਦਿੱਤੀ, ਪਰ ਇਸ ਟਾਈਮ ਆਪਣੀ ਜਿਹੜੀਆਂ ਬਜ਼ੁਰਗ ਲੇਡੀਜ਼ ਤਾਂ ਉੱਥੇ ਬੈਠੀਆਂ, ਇੱਕ ਉਤਸਾਹ ਦੇਖਣ ਨੂੰ ਆਇਆ, ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਗਰਲਸ ਦੀ ਟੀਮ ਉੱਥੇ ਗਈ ਸੀ ਔਰ ਉਹਨਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ। ਡਾਕਟਰ ਸਾਹਿਬ, ਉਹ ਜਿਹੜਾ ਯੰਗ ਆਪਣੀਆਂ ਭੈਣਾਂ ਜਾ ਰਹੀਆਂ ਨੇ ਔਰ ਬੜੇ ਹੌਸਲੇ ਨਾਲ ਜਾ ਰਹੀਆਂ, ਉਹਨਾਂ ਨੂੰ ਪਤਾ ਕਿ ਸਾਡਾ ਵੀ ਹਾਲ, ਉਹ ਨਵਦੀਪ ਕੌਰ ਵਰਗਾ ਮੁਕਤਸਰ ਵਾਲੀ ਕੁੜੀ ਜਿਹੜੀ ਦਿੱਲੀ 'ਚ ਲੜ ਰਹੀ ਸੀਗੀ ਮਜ਼ਦੂਰਾਂ ਵਾਸਤੇ, ਉਹਨੂੰ ਅਰੈਸਟ ਕੀਤਾ ਗਿਆ ਔਰ ਤਸ਼ੱਦਦ ਕੀਤਾ ਗਿਆ ਉੱਤੇ, ਉਹਨਾਂ ਨੂੰ ਪਤਾ ਹੋ ਸਕਦਾ, ਪਰ ਸਲਿਊਟ ਬਣਦਾ ਉਹਨਾਂ ਬਾਰੇ, ਤੁਸੀਂ ਕੀ ਕਹੋਗੇ ਸਾਰੇ ਪ੍ਰਕੰਡ 'ਚ? ਜੀ ਬਿਲਕੁਲ, ਜਿਵੇਂ ਤੁਸੀਂ 17 ਬੋਲੀਆਂ, ਮੈਂ ਵੀ 2 17 ਉਸੇ ਤਰ੍ਹਾਂ ਬੋਲਣਾ ਚਾਹੁੰਦੀ ਹਾਂ ਜੀ। ਰਕਤ ਪੀਣੀ ਡਾਢੀ ਦਿੱਲੀਏ, ਰਕਤ ਪੀਣੀ ਡਾਢੀ ਦਿੱਲੀਏ, ਇਤਿਹਾਸ ਸਿਰਜਣ ਵਾਲਿਆਂ ਉੱਤੇ ਨਾ ਵਗਾ ਹਵਾਵਾਂ ਤੱਤੀਆਂ, ਇਤਿਹਾਸ ਸਿਰਜਣ ਵਾਲਿਆਂ ਉੱਤੇ ਨਾ ਵਗਾ ਹਵਾਵਾਂ ਤੱਤੀਆਂ, ਕਿਰਤੀਆਂ ਦਾ ਪਰਚਮ ਜੋ ਚੁੱਕ ਕੇ ਖੜੇ ਨੇ, ਇਹ ਤਾਂ ਗੁਰੂ ਦੀਆਂ ਫੌਜਾਂ ਨੇ ਮਾਣ ਮੱਤੀਆਂ। ਇਹ ਦਰਅਸਲ ਜਿਸ ਤਰੀਕੇ ਦਾ ਵੀ ਇਹ ਢੰਗ ਵਰਤ ਲੈਣ, ਇਹ ਤਸ਼ੱਦਦ ਮੈਂ ਇਸੇ ਲਈ ਸ਼ੁਰੂ ਹੀ ਕੀਤਾ ਸੀ ਬੋਲੀਵੀਆ ਤੋਂ ਕਿ ਉਹ ਜੰਗ ਵਿੱਚ ਤਸ਼ੱਦਦ ਸਿਖਰ ਦਾ ਸੀ, ਪੋਲੀਟੀਸ਼ੀਅਨਸ ਵੱਲੋਂ ਵੀ, ਸਕੱਤਰਾਂ ਵੱਲੋਂ ਵੀ, ਪੁਲਿਸ ਵੱਲੋਂ ਵੀ, ਹਰ ਪੱਧਰ ਤੇ ਸਿਖਰ ਦਾ ਤਸ਼ੱਦਦ ਹੋਇਆ ਸੀ। ਪਾਣੀ ਖੋਹ ਲੈਣਾ, ਇਸ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ? ਉਸ ਤੋਂ ਬਾਅਦ ਜਿੱਤ ਤਾਂ ਕਿਰਤੀਆਂ ਦੀ ਹੋਈ ਸੀ, ਇਤਿਹਾਸ ਵਿੱਚ ਜਿੱਥੇ ਵੀ ਕਿਤੇ ਝਾਤ ਮਾਰ ਲਓ, ਜ਼ੁਲਮ ਕਰਨ ਵਾਲੇ ਬਹੁਤੀ ਦੇਰ ਰਹਿੰਦੇ ਨਹੀਂ,
ਮਰ ਮੁੱਕ ਜਾਂਦੇ ਨੇ ਤੇ ਇਤਿਹਾਸ ਇਹਨਾਂ ਨੂੰ ਕੁਚਲ ਦਿੰਦਾ ਪੈਰਾਂ ਥੱਲੇ। ਸੋ ਉਹੀ ਮਸ਼ਾਲਾਂ ਬਲਦੀਆਂ ਨੇ ਜਿਨ੍ਹਾਂ ਨੇ ਆਪਣੀ ਰੂਹ ਦੇ ਨਾਲ ਆਪਣੀ ਜਾਨ ਨਾਲ ਉਹ ਅੱਗ ਬਾਲੀ ਹੋਵੇ ਤੇ ਉਹ ਇਸ ਵੇਲੇ ਉਹੀ ਅੱਗ ਬਾਲ ਰਹੀ ਹੈ। ਨਹੀਂ ਤਾਂ ਪੰਜਾਬ ਵਿੱਚ ਹੁਣ ਹਿਸਾਬ ਲਾਓ, ਜੇ ਆਪਾਂ ਉੱਥੇ ਹਰਿਆਣੇ ਦਾ ਜੇ ਕੱਢਾਂਗੇ ਉਹ ਤਾਂ ਗੱਲ ਵੱਖਰੀ ਆ ਜਾਏਗੀ। ਤੁਸੀਂ 2200 ਕਰੋੜ ਸਬਸਿਡੀ ਦੀ ਗੱਲ ਕੀਤੀ ਜੀ, ਅੱਜ ਅਸੀਂ ਸਾਹ ਉੱਤੇ ਪਏ ਨੇ ਇਹਨਾਂ ਦੇ। ਹਿਮਾਚਲ ਵਿੱਚ ਵੀ ਸ਼ਾਇਦ ਤੁਹਾਨੂੰ ਅੰਦਾਜ਼ਾ ਹੋਵੇ, 11 ਰੁਪਏ ਤੇ ਸੇਬ ਖਰੀਦ ਕੇ 260 ਰੁਪਏ ਤੇ ਅੱਗੋਂ ਕਿਲੋ ਦੇ ਨਾਲ ਉਹ ਵੇਚੇ ਜਾ ਰਹੇ ਨੇ ਅਡਾਨੀ ਗਰੁੱਪ ਦੇ ਨਾਲ। ਯਾਨੀ ਕੋਈ ਲੁਕਾ ਨਹੀਂ ਹੈ ਕਿ ਸਾਡੇ ਕੋਲ ਕੀ ਹਾਲ ਹੋਣ ਵਾਲਾ, ਹਰ ਬੰਦਾ ਉਹਦੇ ਵਿੱਚ ਅਖੀਰ ਇਸੇ ਤਰ੍ਹਾਂ ਹੀ ਪੀਸਿਆ ਜਾਏਗਾ। ਪਰ ਜਿੱਥੋਂ ਤੱਕ ਮੈਂ ਇਹਨਾਂ ਦੀਆਂ ਸਬਸਿਡੀਆਂ ਦੀ ਗੱਲ ਕਰਾਂ ਜੋ ਇਸ ਵੇਲੇ ਸਰਕਾਰ ਦੇ ਹਮਾਇਤੀ ਬਣੇ ਹੋਏ ਨੇ, ਇਹਨਾਂ ਦੇ ਅਸਲ ਜੇ ਢਿੱਡ ਨੰਗੇ ਕਰੀਏ ਤਾਂ ਕੀ ਨੇ। ਗੱਲ ਮੈਂ ਕੀਤੀ ਸੀ ਸਭ ਤੋਂ ਵੱਧ ਰੌਲਾ ਪੈਂਦਾ ਸਬਸਿਡੀਆਂ ਦੀ ਜਿਹੜੀ ਬਿਜਲੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ, ਜਿਹਦਾ ਮੈਂ ਜ਼ਿਕਰ ਕੀਤਾ ਸੀ 16,000 ਕਰੋੜ। ਇਹ ਦੱਸਦਿਆਂ 2020-21 ਦੀ ਮੇਰੇ ਕੋਲ ਰਿਪੋਰਟ ਪਈ ਹੈ ਜੋ ਕਿ ਗਵਰਨਮੈਂਟ ਨੇ ਸਬਮਿਟ ਕੀਤੀ ਹੈ ਹਾਈ ਕੋਰਟ ਵਿੱਚ ਕਿ ਇੰਨੇ ਦੀ ਅਜੇ ਸਬਸਿਡੀ ਜੋ ਦਿੱਤੀ ਉਹ ਅਸੀਂ ਅਜੇ ਚੁਕਾਈ ਨਹੀਂ, ਕੋਰਟ ਵੱਲੋਂ ਉਹਦੇ ਉੱਤੇ 300 ਕਰੋੜ ਦਾ ਹੋਰ ਟੈਕਸ ਲਾ ਦਿੱਤਾ ਗਿਆ ਉਹਦਾ, ਵੀ ਇਹ ਫਿਰ ਉਹਨਾਂ ਨਹੀਂ ਚੁਕਾਇਆ 300 ਕਰੋੜ ਫਾਲਤੂ ਦਿਓ ਤਾਂ ਕਿ ਉਹ ਅੱਗੋਂ ਕੰਮ ਜਾਰੀ ਰੱਖ ਸਕਣ ਬਿਜਲੀ ਵਾਲੇ। ਯਾਨੀ ਉਹ ਵਿਕਣ ਦੇ ਹਾਲ ਤੇ ਆ ਗਿਆ ਜੇ ਸਾਡਾ ਬਿਜਲੀ ਮਹਿਕਮਾ ਸਾਰੇ ਦਾ ਸਾਰਾ, ਕਿਉਂਕਿ ਸਰਕਾਰ ਨੇ ਇਹ ਸਬਸਿਡੀ ਦੇ ਨਾਂ ਤੇ ਦੇ ਤਾਂ ਦਿੱਤੀ, ਹਾਕਾਂ ਵੀ ਮਾਰੀਆਂ ਸਾਰੇ ਥਾਂ ਤੇ, ਡੀਂਗਾਂ ਵੀ ਮਾਰੀਆਂ, ਰੁਪਈਆ ਵੀ ਨਹੀਂ ਦਿੱਤਾ। ਦੂਜੇ ਪਾਸੇ ਜਿਹੜਾ 2200 ਕਰੋੜ ਦਿੱਤਾ ਗਿਆ ਉਹਦੇ ਉੱਤੇ ਵੀ ਉਹ ਜਿਹੜਾ ਸਬਸਿਡੀਆਂ ਦਿੱਤੀਆਂ ਗਈਆਂ ਅਫਸਰਾਂ ਨੂੰ ਉਹਨਾਂ ਦੇ ਘਰਾਂ ਚ ਉਹਨਾਂ ਦੇ ਦਫ਼ਤਰਾਂ ਲਈ 1 ਰੁਪਈਆ ਉਹ ਵੀ ਨਹੀਂ ਤਾਰਿਆ ਗਿਆ। ਉਹਦੇ ਉੱਪਰ ਵੀ 80 ਕਰੋੜ ਹੋਰ ਸਾਡੇ ਉਹ ਪੈ ਗਿਆ ਹੋਇਆ ਤੇ ਉਹ ਸਾਰੇ ਦਾ ਸਾਰਾ ਖਰਚਾ ਅਸੀਂ ਦੇਣਾ ਹੈ ਕਿਸਾਨਾਂ ਨੇ ਜਾਂ ਅਸੀਂ, ਜਿਹੜਾ ਅੰਦਾਜ਼ਾ ਲਾਓ। ਹਾਂਜੀ ਬਿਲਕੁਲ, ਆਪਾਂ ਪਾਲ ਸਿੰਘ ਜੀ ਜੁੜ ਗਏ ਉਹਨਾਂ ਦਾ ਲੈ ਕੇ, ਬਹੁਤ ਬਹੁਤ ਸਵਾਗਤ ਜੀ ਪਾਲ ਸਿੰਘ ਜੀ ਤੁਹਾਡਾ ਤੁਹਾਡਾ ਹਾਂਜੀ ਥੈਂਕ ਯੂ ਜੀ, ਤੇ ਡਾਕਟਰ ਅਰਜਿੰਦਰ ਕੌਰ ਜੀ ਤੇ ਗੁਰਰਾਜ ਜੀ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਆਏ। ਮੈਂ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹਾਂਗਾ, ਡਾਕਟਰ ਸਾਹਿਬ ਜਦੋਂ ਵੀ ਆਉਂਦੇ ਨੇ MI ਔਨ ਏਅਰ ਜੀ 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 ਸਰ, ਅੱਛਾ ਮੈਂ ਡਾਕਟਰ ਸਾਹਿਬ ਨੂੰ ਇਹ ਕਹਿਣਾ ਪੁੱਛਣਾ ਚਾਹਾਂਗਾ ਕਿ ਡਾਕਟਰ ਸਾਹਿਬ ਤੁਸੀਂ ਜਦੋਂ ਵੀ ਆਉਂਦੇ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ, ਤੇ ਮੈਂ ਆਪਣੀ ਵਾਈਫ ਨੂੰ ਪੁੱਛ ਰਿਹਾ ਸਾਂ ਕਿ ਪੈਡੀਟ੍ਰੀਸ਼ੀਅਨ ਤੇ ਕੀ ਹੁੰਦਾ, ਇਹ ਆਪਣੇ ਬਾਰੇ ਦੱਸੋ, ਇਹ ਤੁਸੀਂ ਕੀ ਹੈਗਾ, ਆਰ ਯੂ MBBS ਡਾਕਟਰ ਜਾਂ ਕੀ ਹੈਗੇ, ਤੁਸੀਂ ਆਪਣੇ ਬਾਰੇ ਸਾਨੂੰ ਤਾਰੂਫ ਦਿਓ ਕਿ ਅਸੀਂ ਤੁਹਾਡੇ ਬਾਰੇ ਵੀ ਮੈਂ ਜਾਣਨਾ ਚਾਹਾਂਗਾ, ਅਸੀਂ ਡਾਕਟਰ ਵਾਈਫ ਨਾਲ ਬੈਠਾ ਕਿ ਪਲੀਜ਼ ਸਾਰੇ ਮੇਰੇ ਸਰੋਤੇ ਵੀ ਜਾਣਨਾ ਚਾਹੋਗੇ ਕਿ ਤੁਸੀਂ ਕੀ ਕੀਤਾ ਹੋਇਆ, ਆਰ ਯੂ MBBS ਡਾਕਟਰ ਜਾਂ ਕੀ ਕੀਤਾ ਹੋਇਆ। ਐਂਡ ਵੰਸ ਅਗੇਨ ਮੈਂ ਤੁਹਾਨੂੰ ਦੋਨਾਂ ਨੂੰ ਤੇ ਖਾਸ ਕਰਕੇ ਤੁਹਾਨੂੰ ਵੀ ਬਹੁਤ ਸਲੂਟ ਕਰਨਾ ਕਿ ਜਦੋਂ ਵੀ ਤੁਸੀਂ ਆਉਂਦੇ ਹੋ ਆਪਣੇ ਟੌਪਿਕ ਤੇ ਜਿਹੜੀ ਤੁਹਾਡੀ ਪਕੜ ਹੈ ਦੈਟ ਇਜ਼ ਕਮੈਂਡੇਬਲ। ਥੈਂਕ ਯੂ ਜੀ, ਥੈਂਕ ਯੂ ਪਾਲ ਸਿੰਘ ਜੀ। ਦਰਸ਼ਕਾਂ ਨੂੰ ਦੱਸਦਾ ਕਿ ਮੈਂ ਤਾਰੂਫ ਡਾਕਟਰ ਸਾਹਿਬ ਦਾ ਪਹਿਲੇ 2 ਇੰਟਰਵਿਊਆਂ ਚ ਕਰਾਇਆ ਸੀ, ਪਰ ਮੈਂ ਚਾਹੁੰਦਾ ਕਿ ਡਾਕਟਰ ਸਾਹਿਬ ਦੇ ਆਪ ਦੱਸ ਦੇਣ ਜੀ। ਜੀ ਮੈਂ MBBS ਤੋਂ ਬਾਅਦ MD ਵੀ ਕੀਤੀ ਹੈ ਤੇ ਮੈਂ 35 ਸਾਲ ਸਰਵਿਸ ਵੀ ਕਰ ਚੁੱਕੀ ਹਾਂ। ਮੈਂ ਹੁਣ ਇੱਕ ਮੈਡੀਕਲ ਕਾਲਜ ਦੇ ਵਿੱਚ ਬਤੌਰ ਪ੍ਰੋਫੈਸਰ ਪੜ੍ਹਾ ਵੀ ਰਹੀ ਹਾਂ, ਐਮਰਜੈਂਸੀਆਂ ਵੀ ਦੇਖਦੇ ਹਾਂ ਤੇ ਬੱਚਿਆਂ ਨੂੰ ਵੀ ਉਸ ਤਰ੍ਹਾਂ ਚੈੱਕ ਵੀ ਕਰੀਦਾ, ਯਾਨੀ ਡਾਕਟਰ ਅੱਗੋਂ ਤਿਆਰ ਵੀ ਕਰਦੇ ਹਾਂ। ਸੋ ਮੈਂ ਸਪੈਸ਼ਲਿਸਟ ਡਾਕਟਰ ਹਾਂ, ਪਰ ਕਿਉਂਕਿ ਮੈਂ ਦੱਸਿਆ ਕਿ ਮੇਰਾ ਪਿਛੋਕੜ ਕਿਰਤੀਆਂ ਨਾਲ ਜੁੜਿਆ ਹੋਇਆ ਤੇ ਮੇਰੇ ਨਾਨਾ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾਕਰਨ ਕੀਤਾ ਸੀ, ਮੇਰੇ ਪਾਪਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਜਿਨ੍ਹਾਂ ਨੂੰ ਪੰਜਾਬੀ ਦੀ ਨਾਨਕਸ਼ਾਹੀ ਇੱਟ ਤੱਕ ਕਿਹਾ ਗਿਆ, ਜਿਨ੍ਹਾਂ ਦੇ ਸਾਰੀ ਉਮਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਜਾਬੀ ਜ਼ਬਾਨ ਤੇ ਖੋਜ ਕੀਤੀ, ਮੇਰੇ ਮਾਮਾ ਜੀ ਡਾਕਟਰ ਦਲਜੀਤ ਸਿੰਘ ਅੱਖਾਂ ਦੇ ਸਪੈਸ਼ਲਿਸਟ ਅੰਮ੍ਰਿਤਸਰ ਵਾਲੇ ਮੇਰਾ ਕੱਲ ਸਾਰੇ ਜਾਣਦੇ ਹੋਣਗੇ, ਤੇ ਮੇਰੇ ਭਰਾ ਸਨ ਡਾਕਟਰ ਜੈਰੂਪ ਸਿੰਘ ਜਿਹੜੇ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਰਹੇ, ਫਿਰ ਸੈਂਟਰਲ ਯੂਨੀਵਰਸਿਟੀ ਬਠਿੰਡਾ ਵਿੱਚ ਵਾਈਸ ਚਾਂਸਲਰ ਰਹੇ। ਸੋ ਇੰਨਾ ਕੁ ਮੇਰਾ ਪਿਛੋਕੜ ਹੈ। ਪਰ ਗੱਲ ਇਹ ਇਹ ਤੁਹਾਡਾ ਦੁਨਿਆਵੀ ਸੀਗਾ, ਬਹੁਤ ਸੋਹਣਾ ਤੁਸੀਂ ਕੀਤਾ ਔਰ ਸਲੂਟ ਹੈ ਹਰ ਚੀਜ਼ ਨੂੰ। ਇੱਕ ਚੀਜ਼ ਤੁਸੀਂ ਭੁੱਲ ਗਏ ਜਿਹੜੇ ਤੁਸੀਂ ਪ੍ਰੈਕਟੀਕਲ ਅੱਜ ਕਰ ਰਹੇ ਹੋ, ਡਾਕਟਰ ਹਰਸ਼ ਚੈਰੀਟੇਬਲ ਟਰੱਸਟ ਚਲਾ ਰਹੇ ਕੁੜੀਆਂ ਵਾਸਤੇ, ਲੱਖਾਂ ਰੁਪਏ ਦੇ ਚੈੱਕ ਪਿਛਲੇ ਮਹੀਨੇ ਇਹਨਾਂ ਨੇ ਵੰਡੇ ਆ ਜਿਹੜੀਆਂ ਲੋੜਵੰਦ ਸਾਡੀਆਂ ਭੈਣਾਂ ਸੀਗੀਆਂ, ਔਰ ਉਹ ਕੰਟੀਨਿਊ ਸੇਵਾ ਕਰ ਰਹੇ ਆ ਡਾਕਟਰ ਸਾਹਿਬ ਡਾਕਟਰ ਹਰਸ਼ ਚੈਰੀਟੇਬਲ ਟਰੱਸਟ ਦੇ ਥਰੂ। ਇਹ ਆਪਦੀ ਚੰਗਿਆਈ ਲੁਕਾ ਗਏ। ਹਾਂਜੀ ਹਾਂਜੀ, 2008 ਤੋਂ ਚਲਾ ਰਹੇ ਹਾਂ ਤੇ ਮੈਂ ਉਦੋਂ ਤੋਂ ਫਾਲੋ ਵੀ ਕਰ ਰਿਹਾ ਇਹਨਾਂ ਨੂੰ, ਕਦੇ ਕ ਤਾਈਂ ਪਰ ਦਰਸ਼ਨ ਨਹੀਂ ਕਰ ਸਕਿਆ ਹਾਲੇ ਤਾਈਂ, ਸਿਰਫ TV ਦੇ ਮਾਧਿਅਮ ਤੇ ਕੋਸ਼ਿਸ਼ ਕਰਾਂਗੇ ਦੁਬਾਰਾ ਜੀ। ਡਾਕਟਰ ਸਾਹਿਬ
उस तो बाद आप उत्थे ही जाने पिछे जिहड़ा सबसिडी का मामला सी दो तीन मिनट च रैप अप करो फिर ब्रेक लैके आप अगले मुद्दे वाल चलते हैं जी। ये सबसिडियां दा मैं इस करके जिक्र किया सी कि तां कल्ली बिजली जे कल्ली बिजली 250 करोड़ दे उपर 80 करोड़ होर भी जिहड़ा सी अजे देना है इन्हां ने दित्ता नहीं सरकार ने जी वो अजे बिजली महकमे नूं देना है जिस करके बिजली महकमा अज इन्ना कु करजई हो चुका है बैंक तो लोन लै लैके कि किसी भी वेले ठप हो सकता है ये हालात ते पहुंच चुके ने ते सिर्फ नारे ही लग रहे ने मैं 300 यूनिट फ्री देना है ते 200 केड़ी थां तों फ्री देना है कोई गल तां करे फ्री आनी कित्थों है समानों तां बिजली नहीं डिगनी ते जे बाहरों खरीदी जानी है ते इह पहले ही पेमेंट अजे नहीं कीती गई इह साडे कोल फिगर्स ने हाई कोर्ट नूं दित्ते होए सरकार ने जिन्हें टैक्स उत्ते लाया यानी इन्हां दे खर्चियां दे विच असीं रुले पए आ ते उहदा बदला तुसीं अजे अंदाजा लाओ काओस है 1% दा कह के पूरी खलकत जो करोड़ां दे कोलों हर एक चीज सवेर तो टूथब्रश तो लैके निक्की तो निक्की चीज ते असीं टैक्स दे रहे हां ना साडे कोल सड़कां ने मेरे अपने घर दे बाहर टोया जी निकलन तो पहला डिगना पैंदा उहदे च इह हाल है उहनूं आपे ही भर रहे हां असीं जिन्ना कु करदे हां ते फिर सड़कां दे विच हर रोज ਸਾਡੇ ਕਾਓਸੈਸ ਦੇ ਹਿਸਾਬ ਦੇ ਨਾਲ ਜੇ ਚੱਲੀਏ ਤੇ ਸਾਡੇ ਕੋਲ ਇਸ ਵੇਲੇ ਸਿਰਫ ਇਸ ਸਾਲ ਵਿੱਚ ਮੈਂ ਕੱਲਾ 2021 ਦੀ ਗੱਲ ਕਰਦੀ ਆ ਸਾਡੇ ਕੋਲ ਕੇਸ ਨੇ 36 ਜਿਨ੍ਹਾਂ ਦੇ ਵਿੱਚੋਂ 12 ਮਰ ਚੁੱਕੇ ਤੇ ਬਾਕੀ ਸੀਰੀਅਸ ਇੰਜਰੀਜ਼ ਨੇ ਯਾਨੀ ਅਪੰਗ ਹੋ ਗਏ ਸਿਰਫ ਡੰਗਰਾਂ ਦੇ ਇਹਦੇ ਵਿੱਚ ਸੜਕਾਂ ਤੇ ਫਿਰਨ ਨਾਲ ਉਹ ਪੈਸਾ ਕਿੱਥੇ ਜਾ ਰਿਹਾ ਇੱਕ ਕਾਪੀ ਸਕੂਲ ਦੀ ਵੀ ਖਰੀਦਣੀ ਹੋਏ ਉਹਦੇ ਉੱਤੇ ਲਾ ਦਿੰਦੇ ਨੇ ਆਹ ਟੈਕਸ ਲੱਗਣਾ ਸ਼ਰਾਬ ਦੇ ਉੱਤੇ ਯਾਨੀ ਜਦੋਂ ਇੱਕ ਸੀਐਮ ਦਾਅਵੇ ਠੋਕਦਾ ਹੋਏ ਕਿ ਮੇਰਾ ਪੰਜਾਬ ਚੱਲ ਨਹੀਂ ਸਕਦਾ ਜੇ ਅਸੀਂ ਸ਼ਰਾਬ ਦੀ ਵਿਕਰੀ ਬੰਦ ਕਰ ਦਈਏ ਤਾਂ ਸਮਝ ਆ ਸਕਦੀ ਹੈ ਸੂਬਾ ਚੱਲ ਕਿਤੇ ਤੇ ਰਿਹਾ ਯਾਨੀ ਸ਼ਰਾਬੀਆਂ ਦੇ ਸਿਰਾਂ 'ਤੇ ਅਸੀਂ ਖੜੇ ਹਾਂ ਪਰ ਕਿਸੇ ਪਾਸਿਓਂ ਜਦੋਂ ਟੈਕਸ ਦੀ ਗੱਲ ਆਉਂਦੀ ਹੈ ਕਲੈਕਟ ਸਾਰਾ ਕੁਝ ਹੋ ਰਿਹਾ ਤਾਂ ਲੱਗਦਾ ਕਿੱਥੇ ਹੈ ਜਾਂਦਾ ਕਿਹਨਾਂ ਕੋਲ ਪਿਆ ਯਾਨੀ ਇਹ ਜਿਹੜਾ ਲਗਾਤਾਰ ਸਬਸਿਡੀਆਂ ਫਾਰਮਰਸ ਨੂੰ ਤਾਂ ਦੇਣੀਆਂ ਬਣਦੀਆਂ ਨੇ ਪਹਿਲਾਂ ਇਹਨਾਂ ਨੂੰ ਕਿਸ ਕਾਰਨ ਦੱਸੋ ਇਕੱਲਾ ਮੈਂ ਦੱਸਿਆ ਅੱਗੇ ਵੀ 1.5 ਲੱਖ ਬੰਦਾ ਜੀ ਹਜ਼ੂਰੀ ਲਈ ਤੋਂ ਬਾਅਦ ਪੈਟਰੋਲ ਦਾ ਖਰਚਾ ਸੁਣ ਲਿਓ ਇਹਨਾਂ ਦਾ 1-1 800 ਲੀਟਰ ਪੈਟਰੋਲ ਨਾਲ ਦਿੱਤਾ ਜਾਂਦਾ ਜੇ 800 ਲੀਟਰ ਤੇ ਜ਼ਰਾ ਅੰਦਾਜ਼ਾ ਲਾਓ ਕਿ ਇਹ ਸਾਰੇ ਦੇ ਸਾਰੇ ਅਖੀਰ ਕਿੱਥੇ ਸਰਕਾਰੀ ਗੱਡੀਆਂ ਤੇ ਜਾਂਦੇ ਨੇ ਸਰਕਾਰੀ ਗੱਡੀਆਂ ਸਾਰੀਆਂ ਵਰਤ ਰਹੇ ਨੇ ਜ਼ਰਾ ਅੱਗੇ ਸੁਣਿਓ 2577 ਰੁਪਏ ਸਿਰਫ ਜਾਂ 99 ਰੁਪਏ ਦੇ ਕਰੀਬ ਕਰੀਬ ਜੀਓ ਜਾਂ ਇਹ ਸਾਰੇ ਦੇ ਰਹੇ ਨੇ ਜੋ ਨੈਟ ਪੈਕ ਜਾਂ ਏਅਰਟੈਲ ਜਿਹੜੇ ਮਰਜ਼ੀ ਲਓ ਕਦੇ ਅੰਦਾਜ਼ਾ ਲਾਇਆ ਜੇ ਕਿ ਇਹਨਾਂ ਨੂੰ ਫੋਨਾਂ ਤੇ ਕਿੰਨਾ ਮਿਲਦਾ 17,000 ਰੁਪਇਆ ਪ੍ਰਤੀ ਮਹੀਨਾ ਸਿਰਫ ਟੈਲੀਫੋਨਾਂ ਦਾ ਖਰਚਾ ਹੁਣ ਜ਼ਰਾ ਜ਼ਰਬ ਕਰ ਲਿਓ ਕਿੰਨੇ ਇਹ ਨੇ ਤੇ ਉਹਨਾਂ ਦਾ ਇਹ ਕਿੰਨਾ ਬਣਿਆ ਜਦੋਂ ਇਹ 5 ਸਾਲ ਦੀ ਇੱਕ ਸਰਕਾਰ ਵਿੱਚ ਖਾਂਦੇ ਨੇ ਤੇ ਉਨਾ ਹੀ ਫਿਰ ਖਾਂਦੇ ਨੇ ਕਿੱਥੇ ਜਾ ਰਹੇ ਨੇ ਪੈਸੇ ਤੇ ਕਿਉਂ ਦੇ ਰਹੇ ਹਾਂ ਅਸੀਂ ਇਹਨਾਂ ਨੂੰ ਜੀ 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 ਡਾਕਟਰ ਸਾਹਿਬ ਹਾਂਜੀ ਕਿਸੇ ਵੱਲੇ ਆਪਾਂ ਝੰਡਾ ਚੱਕ ਲੈਣੇ ਕਿਸਾਨੀ ਦਾ ਝੰਡਾ ਚੱਕ ਲਿਆ ਇਹ ਚੱਕ ਲਿਆ ਹੁਣ ਦੁਨੀਆ ਜਿਹੜੀ ਹਾਂਜੀ ਗੱਲਾਂ ਦਬਾਉਣ ਲਈ ਤੇ ਰਾਈਟ ਤੁਸੀਂ ਦੇਖ ਲਓ ਹਸਪੀਟਲਾਂ ਦਾ ਮਾੜਾ ਹਾਲ ਆ ਉੱਥੇ ਵੈਕਸੀਨ ਦੀ ਪ੍ਰੋਪਰ ਨਹੀਂ ਹੈ ਇੱਕ ਮੰਦਭਾਗੀ ਘਟਨਾ ਮੋਗੇ ਦੇ ਵਿੱਚ ਵਾਪਰੀ ਹੈ ਜਿਹੜਾ ਮੈਂ ਮੈਂਸ਼ਨ ਨਹੀਂ ਕਰ ਸਕਦਾ ਗਾ ਪਰ ਜੇ ਆ ਫੰਡਸ ਉੱਧਰ ਜਾ ਰਹੇ ਨੇ ਆਪਾਂ ਉਹਦੀ ਗੱਲ ਵੀ ਕਰਾਂਗੇ ਤਾਂ ਅਗੇਨ ਆਪਾਂ ਕਰਨਾਲ ਵਾਲੇ ਮੁੱਦੇ 'ਤੇ ਦੁਬਾਰਾ ਆਉਣਾ ਮੇਰੇ ਇੱਕ ਦੋ ਕੁਐਸਚਨ ਨੇ ਉੱਤੇ ਤੁਸੀਂ ਉੱਥੇ ਲੋਕਲ ਬੈਠੇ ਹੋ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਪਰ ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਲਾਸਟ ਬ੍ਰੇਕ ਲਈ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਡਾਕਟਰ ਹਰਸ਼ਿੰਦਰ ਕੌਰ ਜੀ ਬਹੁਤ ਵਧੀਆ ਐਲੈਬਰੇਟ ਕਰ ਰਹੇ ਹਰ ਇਸ਼ੂ ਦੇ ਉੱਤੇ ਸਾਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ ਇੱਦਾਂ ਬਣੇ ਰਹੋ ਜਸ ਪੰਜਾਬੀ 'ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਮੈਂ ਤੁਹਾਡਾ ਗੁਰਲਾਲ ਤੁਹਾਡੇ ਰੂਬਰੂ ਹੁੰਦਾ ਰਹਿੰਦਾ ਅੱਜ ਬਹੁਤ ਸੋਹਣਾ ਮੁੱਦਾ ਜਿਹੜਾ ਕਰਨਾਲ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਅਤੇ ਦੂਸਰਾ ਸਾਡੀ ਲੇਡੀਜ਼ ਜਿਹੜੀਆਂ ਪਾਰਟੀਸਪੇਟ ਕਰ ਰਹੀਆਂ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸੋਹਣਾ ਐਲੈਬਰੇਟ ਕਰ ਰਹੇ ਡਾਕਟਰ ਹਰਸ਼ਿੰਦਰ ਕੌਰ ਜੀ ਡਾਕਟਰ ਸਾਹਿਬ ਮੈਂ ਨਾ ਜਿਹੜੀ ਤੁਸੀਂ ਸਬਸਿਡੀਜ਼ ਜਾਂ ਉਹਨਾਂ ਦੇ ਜਿਹੜੇ ਪੱਤੇ ਮਿਲਦੇ ਆਪਾਂ ਉਹਨਾਂ 'ਤੇ ਬਾਅਦ 'ਚ ਆਉਂਦੇ ਹਾਂ ਔਰ ਹੋ ਸਕਦਾ ਉਹਦੇ ਉੱਤੇ ਆਪਾਂ ਕਿਸੇ ਦਿਨ ਫਿਰ ਸੈਸ਼ਨ ਲਾਈਏ ਪਰ ਅੱਜ ਆਪਣਾ ਮੇਨ ਮੁੱਦਾ ਇਹ ਆ ਉਹ SDM ਬਾਅਦ 'ਚ ਆ ਕੇ ਮਾਫ਼ੀ ਵੀ ਮੰਗਦਾ ਆ ਠੀਕ ਹੈ ਹੁਣ ਇਹਦੇ ਦੋ ਮਤਲਬ ਹੋ ਸਕਦੇ ਜਾਂ ਤਾਂ ਉਹ ਪਹਿਲਾਂ ਆਪ ਮੁਹਾਰੇ ਕੁਛ ਕਰ ਗਿਆ ਜਾਂ ਫਿਰ ਉਹਨੂੰ ਪਿੱਛੋਂ ਕੋਈ ਚਾਬੀ ਚੜ੍ਹਾਈ ਗਈ ਹੋਣੀ ਆ ਤਾਂ ਹੁਣ ਕਹਿੰਦੇ ਹੋਣੇ ਤੂੰ ਮਾਫ਼ੀ ਮੰਗ ਲਾ ਦੋਨਾਂ ਦੇ ਵਿੱਚ ਹੀ ਕਸੂਰਦਾਰ ਆ ਉਹ ਕਿਉਂ ਕਿਸੇ ਦੀ ਜਾਨ ਗਈ ਆ ਹਾਂ ਕਿਸਾਨਾਂ ਨੂੰ ਅਸੀਂ ਹੱਥ ਜੋੜ ਕੇ ਕਹਿ ਸਕਦੇ ਹਾਂ ਵੀ ਜੇ ਵਿਰੋਧ ਕਰਨਾ ਤਾਂ ਕਾਲੇ ਝੰਡੇ ਲੈ ਕੇ ਲਾਈਨ ਦੇ ਵਿੱਚ ਕਰੋ ਸਿੱਧੇ ਟਕਰਾਵ ਤੋਂ ਬਚੋ ਇਹਨਾਂ ਅੰਦੋਲਨ ਨੂੰ ਤਾਂ ਲੱਗ ਰਹੀ ਹੈ ਪਰ
किसी नूं सीधा ऑर्डर दे देना कि तुसीं मूँह तोड़ दो, अगले तोड़ भी देंदे तो उस तों बाद किसी की डैथ भी हो जाती है। उस सूबे का मुख्यमंत्री ये कह दिंदा कि ये तो पंजाब वाले कर रहे हैं, पता नहीं किहड़े बेस ते, पर उस तों बाद होम मिनिस्टर उस स्टेट का की कर रहा जिहदे अंदर ये पुलिस फोर्स हुंदी है, वह की कर रहा, उहदी हल्ते कोई स्टेटमेंट नहीं आ रही, क्यों नहीं इन्हां चीज़ां नूं, क्योंकि आपां तां मुद्दा डॉक्टर साहब चक रहे हैं क्योंकि हले पता नहीं अंदोलन किन्ना देर होर चलना है, जे ना आवाज़ उठाई गई तो कित ना कि यह जिहा घटनावां फिर वापर सकदियां ने, की कहना चाहोगे इत्ते? जी बिल्कुल, मैं इसे लिए गल शुरू ही जिवें कीती सी वार वार उत्थे ही पहुंच रही हाँ कि एक बार नहीं अनेक बार इतिहास दे विच अजिहियां चीज़ां वापरियां ने, ते बाद विच स्पष्ट पता लग्या कि उपर तक मिली भुगत नाल अफसरां दी मंत्रियां नाल उपर तक मिली भुगत सी कि किसी भी तरीके ये एजिटेशन क्रश कीती जा। सो यही हमेशा तो इन्हां दा जुलम करन दा तरीका रहा, ते उस तों बाद चुप्पी धार लैणा ते फिर गलत शलत खबरां फैलाउणियां, जो कि हमेशा तो मीडिया का दुरुपयोग किया जाता रहा है, कि सदा तो यही होता रहा ते हमेशा, पर सच फिर भी नितर के बाहर आता रहा। इस तरीके इस वे औरतों से तशद्दुद ढाया गया, किल्ला लाइया गई, मेरा ख्याल इस तो बाद किसानों नाल तशद्दुद हो नहीं सी सकता। अपने ने कलर जो डॉक्टर साहब आप लेने हैं जी, तुसी ओनर हो, कौन साहब बोल रहे हैं, बहुत बहुत स्वागत जी थोड़ा। हेलो हेलो, सत श्री अकाल जी, तुसी ओनर हो, कौन साहब बोल रहे हैं? सत श्री अकाल जी, दलाल जी, डॉक्टर हरजिंदर जी, बहुत बहुत प्यार तुसी तां गिरे रियाल साहब नाल गल्लां करदे हो, तुसी इन्नियां गल्लां करदे हो बहुत ज्यादा, मैं तो तुसी बधाई दे पात्र हां, तुहानूं बधाई दिंदी हां, बहुत वधिया मुद्दे दे हो किसाना, मैं भी किसाना इत्थे, मैनूं बहुत दुख आउंदा जदों मैं देखदी, इन्ना मैनूं दुख आउंदा देखदे रहिंदी हां, बच्चियां नूं मारिया जांदा, देखो अफगानिस्तान फिर तालिबान पाकिस्तान, ते मैं तां आप इस दे नाल जुड़ी हुई हां, ते पर तुसी बधाई दे पात्र हो, मेरा वाह वाह प्यार सरजिंदर डॉक्टर ते गल्लां जी, रब चार दिया गल्लां रखे, वाहेगुरू दिया खालसा वाहेगुरू दी फतेह, थैंक यू जी, बहुत बहुत धन्यवाद माता जी, बहुत बहुत धन्यवाद कॉल करने जी। डॉक्टर साहब माता जी आपका आशीर्वाद देंदे रहने हैं, आप गल कर रहे सी उत्थे ही, फिर बैक टू होम मिनिस्ट्री ते जी। जी बिल्कुल, मैं क्योंकि जिक्र उस ते आना चाहनी हां कि तशद्दुद सिखर दा हो चुक्या, पानी सिर तो लंघ गया जी, राइट, इहदा मतलब जे हुण इस वेले औरतां बच्चे बजुर्ग सारे शामिल ने इस संघर्ष दे विच, हर तुसीं इह देखो कि भावे ओह टीचर्स ने, भावे ओह क्लर्क मतलब क्लरिकल स्टाफ है, या तुसीं देखो होर किस्म दे काम है जिहड़े भी वक्खो वक्खरे कम्मां च लगे ने, डॉक्टर इंजीनियर रिटायर्ड IAS रिटायर्ड IPS तो लैके जज वकील हर लैवल रिटायर्ड ब्रिगेडियर कर्नल मेजर जनरल एयर मार्शल सारे दे सारे इस वेले जो इस संघर्ष दे विच शामिल हो चुके, कहण दा भाव है कि फैक्टरी दे कामियां तो लैके सीवरेज वर्करस तो लैके उपर तक हर इस वेले वर्ग जो कि पहला कदे अफसर सन हुण रिटायर होए ने सारे दे सारे शामिल ने, मतलब संघर्ष सिखरां ते है जी, हुण इहनूं किते तां मोड़ पाउणा है, आपां इहदा मोड़ पाउण दा उही अंत मैं जाणा चाहुंदी हां कि जे मोड़ सही रस्ते पाउणा है ਤਾਂ ਬਈ ਤਾਕਤ ਹੱਥ ਵਿੱਚ ਲੈਣੀ ਹੀ ਪੈਣੀ ਹੈ, ਇਹੀ ਕਰਾਰ ਰਹਿ ਗਿਆ, ਬਸ ਮੰਗ ਲਿਆ, ਬਹੁਤ ਵਾਰ ਮੰਗ ਲਿਆ, ਡਾਂਗਾਂ ਖਾ ਲਈਆਂ, ਪਰ ਹੁਣ ਇੱਕ ਸਹੀ ਢੰਗ ਨਾਲ ਕਿਉਂਕਿ ਆਪਣੀਆਂ ਹੀ ਚੋਣਾਂ ਕੀਤੀਆਂ ਹੋਈਆਂ, ਆਪਣੇ ਹੀ ਪੰਜ ਪਿੰਡਾਂ ਦੇ ਵਿੱਚੋਂ ਇੱਕ ਸਾਂਝਾ ਉਮੀਦਵਾਰ ਜਿਸ 'ਤੇ ਇੱਕ ਰੁਪਈਆ ਵੀ ਨਾ ਲੱਗਣਾ ਹੋਵੇ ਕਿ ਹਾਂਜੀ ਇਹ ਪੰਜਾਬ ਲਈ ਕੰਮ ਕਰਦਾ ਰਿਹਾ, ਪਿੰਡਾਂ ਲਈ ਕੰਮ ਕਰਦਾ ਲਿਆ, ਇਹ ਸਾਡਾ ਸਹੀ ਉਮੀਦਵਾਰ ਹੈ ਤੇ ਸਾਰੇ ਸਾਂਝੇ ਤੌਰ ਤੇ ਇਸੇ ਨੂੰ ਚੁਣਾਂਗੇ, ਤੇ ਫਿਰ ਉਹਨੂੰ ਪਹੁੰਚਾਇਆ ਜਾਏ ਬਜਾਏ ਕਿ ਉਹੀ ਰਵਾਇਤੀ ਪਾਰਟੀਆਂ ਦੇ, ਕਿਉਂਕਿ ਹਰ ਪਾਰਟੀ ਨੇ ਆਪਣੇ ਸਮੇਂ ਦੌਰਾਨ ਡਾਂਗਾ ਹੀ ਮਾਰੀਆਂ ਜੀ ਜੀ, ਸੋ ਹੁਣ ਮੇਰਾ ਖਿਆਲ ਹੈ ਸੰਭਲ ਜਾਈਏ, ਆਪ ਉਹਨਾਂ ਅਹੁਦਿਆਂ ਤੇ ਪਹੁੰਚੀਏ, ਕਿਸਾਨਾਂ ਦੇ ਬੱਚੇ ਹੀ ਜੱਜ ਬਣਨ, ਵਕੀਲ ਬਣਨ, IAS IPS ਉਹੀ ਬਣਨ, ਤਾਂ ਫਿਰ ਦੇਖੋ ਤਰੱਕੀ ਦੇ ਰਾਹ ਤੇ ਕਿਵੇਂ ਪੰਜਾਬ ਤੁਰੇਗਾ ਜੀ ਜੀ। ਡਾਕਟਰ ਸਾਹਿਬ ਆਪਾਂ ਆਪਦੇ ਇਮੋਸ਼ਨਸ ਸ਼ੋ ਕਰਤੇ, ਅਖੀਰ ਦੇ ਵਿੱਚ ਆਪਣੇ ਕੋਲ 3-4 ਮਿੰਟ ਨੇ, ਮੈਂ ਇੱਕ ਦੋ ਗੱਲਾਂ ਕਹੂੰਗਾ ਕਿ ਅਸੀਂ ਇਹ ਦੁੱਖ ਕਿਉਂ ਜ਼ਾਹਰ ਕਰ ਰਹੇ ਹਾਂ, ਕਿਉਂਕਿ ਅਸੀਂ ਸੱਚੇ ਦੇਸ਼ ਵਾਸੀ ਹਾਂ, ਭਾਰਤ ਵਰਸ਼ ਸਾਡਾ ਮਹਾਨ ਆ, ਉਹ ਇੱਕ ਇਹੋ ਜਿਹਾ ਗਮਲਾ ਜਿਹ 'ਚ ਤਰ੍ਹਾਂ ਤਰ੍ਹਾਂ ਦੇ ਫੁੱਲ ਖਿਲਦੇ ਨੇ, ਅਰੁਣਾਚਲ ਪ੍ਰਦੇਸ਼ ਜਦੋਂ ਦਿਨ ਚੜ੍ਹਦਾ ਉਦੋਂ ਰਾਜਸਥਾਨ ਦੇ ਮਾਰੂਥਲ ਦੇ ਵਿੱਚ ਰੇਤ ਠੰਡੀ ਪਈ ਹੁੰਦੀ ਆ, ਪਰ ਜਦੋਂ ਦਿਨ ਛਿਪਦਾ ਆ ਉਸ ਟਾਈਮ ਅਰੁਣਾਚਲ ਪ੍ਰਦੇਸ਼ ਠੰਡਾ ਹੋ ਗਿਆ ਹੁੰਦਾ, ਯਾਨੀ ਕਿ ਉੱਥੇ ਅੱਡ ਤਰ੍ਹਾਂ ਦੇ ਫੁੱਲ ਨੇ, ਰਾਜਸਥਾਨ 'ਚ ਅੱਡ ਤਰ੍ਹਾਂ ਦੇ ਫੁੱਲ ਨੇ, ਤਮਿਲਨਾਡੂ ਸਾਡਾ ਬਹੁਤ ਪਿਆਰਾ ਜਿਹਾ ਸੂਬਾ ਜਿਹੜਾ
ਅਖੀਰਲੇ ਐਂਡ ਤੇ ਆ ਤੇ ਇਧਰ ਜੰਮੂ ਕਸ਼ਮੀਰ ਸਾਡਾ ਜਿਹੜਾ ਕਿ ਤੋੜ ਦਿੱਤਾ ਗਿਆ ਪਰ ਉਹ ਇੱਕ ਡਿਫਰੈਂਟ ਸਬਜੈਕਟ ਹੈ ਉੱਥੇ ਅੱਡ ਕਲਚਰ ਹੈ ਅਸੀਂ ਚਾਹੁੰਦੇ ਹਾਂ ਸਾਡਾ ਦਰਦ ਇਸ ਗੱਲ ਤੋਂ ਆ ਕਿ ਇਹ ਜਿਹੜੀ ਫੁਲਵਾੜੀ ਹੈ ਬਣੀ ਰਹੇ ਸਾਨੂੰ ਤੁਸੀਂ ਮੈਨੂੰ ਕਰੈਕਟ ਕਰਿਓ ਡਾਕਟਰ ਸਾਹਿਬ ਸਾਨੂੰ ਉਸ ਚੀਜ਼ 'ਤੇ ਕੰਮ ਜ਼ਰੂਰ ਕਰਨਾ ਪਊਗਾ ਕਿ ਇਸ ਟਾਈਮ ਜੋ ਵਾਪਰ ਰਿਹਾ ਅਫਗਾਨਿਸਤਾਨ 'ਚ ਉਹ ਅੱਗ ਕਿਤੇ ਤੁਹਾਨੂੰ ਪਤਾ ਪਾਕਿਸਤਾਨ ਆਪਦੀਆਂ ਸ਼ਰਾਰਤਾਂ ਕਰਨ ਤੋਂ ਬਾਜ਼ ਨਹੀਂ ਆਉਂਦਾ ਉੱਪਰ ਚਾਈਨਾ ਆਪਣੇ ਖਿਲਾਫ ਆ ਉਹ ਅੱਗ ਕਿਤੇ ਇੱਥੇ ਆ ਕੇ ਆਪਾਂ ਨੂੰ ਵੱਡੇ ਮੁੱਦਿਆਂ 'ਤੇ ਇਕਜੁੱਟ ਹੋਣ ਦੀ ਲੋੜ ਹੈ ਉਦੋਂ ਇਹ ਸੈਂਟਰ 'ਚ ਬੈਠੇ ਜਿਹੜੇ ਸਾਡੇ ਵੱਡੇ ਮਹਾਨੁਭਾਵ ਆ ਵੱਡੇ ਜਿਹੜੇ ਲੀਡਰ ਸੋਚਦੇ ਕਿਉਂ ਨਹੀਂ ਕਿ ਇਸ ਟਾਈਮ ਜਿਹੜੀ ਘੜੀ ਆ ਰਹੀ ਹੈ ਹੋ ਸਕਦਾ ਕੋਈ ਵੱਡੀ ਸ਼ਰਾਰਤ ਕਰ ਲਵੇ ਜਿੱਦਾਂ ਤਾਲਿਬਾਨਾਂ ਅਤੇ ਉੱਧਰ ਉਹਨਾਂ ਦੇ ਹੱਥ ਪਾਵਰ ਆ ਰਹੇ ਉਹਨਾਂ ਦੇ ਹੱਥ ਐਡੇ ਵੱਡੇ ਵੱਡੇ ਹਥਿਆਰ ਆ ਰਹੇ ਆ ਅਤੇ ਉਹ ਗਾਹੇ ਬਗਾਏ ਕਹਿ ਵੀ ਦਿੰਦੇ ਕਿ ਕਸ਼ਮੀਰ ਸਾਡਾ ਆ ਅਸੀਂ ਲੈ ਕੇ ਦੇਵਾਂਗੇ ਯੇ ਵੋ ਔਰ ਵਿਚਾਲੇ ਜਿਹੜੇ ਬੈਠੇ ਆ ਵਿਚਾਲੇ ਦੋ ਦੇਸ਼ ਚਾਹੇ ਚਾਈਨਾ ਜਾਂ ਪਾਕਿਸਤਾਨ ਜਾਂ ਹੋਰ ਵੀ ਕੋਈ ਆ ਉਹ ਕੁਛ ਵੀ ਕਰਾ ਸਕਦੇ ਇਸ ਟਾਈਮ ਸਾਨੂੰ ਲੋੜ ਹੈ ਇਕਜੁੱਟ ਹੋਣ ਦੀ ਅੰਦਰੂਨੀ ਮਾਮਲੇ ਛੇਤੀ ਤੋਂ ਛੇਤੀ ਨਿਬੇੜ ਕੇ ਇਕਜੁੱਟ ਹੋਣ ਦੀ ਲੋੜ ਹੈ ਨਹੀਂ ਤਾਂ ਕਹਿੰਦੇ ਹੁੰਦੇ ਨਾ ਮੁੱਠੀ 'ਚੋਂ ਰੇਤ ਕਿਰਦੀ ਕਿਰਦੀ ਕਿਰ ਜਾਂਦੀ ਹੈ ਅਸੀਂ ਦੁਆ ਕਰਦੇ ਹਾਂ ਕਿ ਉਹ ਫੁਲਵਾੜੀ ਬਣੀ ਰਹੇ ਤੁਸੀਂ ਇਹ 'ਤੇ ਕੀ ਕਹਿਣਾ ਚਾਹੋਗੇ ਅਖੀਰਲੇ 2 ਮਿੰਟ ਹੈ ਜੀ ਆਪਣੇ ਕੋਲ ਦੇਖੋ ਜੀ ਜਿਹਨਾਂ ਨੂੰ ਇਸ ਸਟੇਟ ਨੇ ਮਤਲਬ ਇਸ ਮੁਲਕ ਨੇ ਬਾਗੀ ਕਰਾਰ ਦਿੱਤਾ ਜੇ ਮੈਂ ਉਹਨਾਂ ਕਿਰਤੀਆਂ ਵੱਲੋਂ ਹੀ ਸਿਰਫ ਇੱਕ ਸੁਨੇਹਾ ਦੇਣਾ ਚਾਹੁੰਦੀ ਹਾਂ ਉਹਨਾਂ ਹੁਕਮਰਾਨਾਂ ਨੂੰ ਕਿ ਭਾਈ ਇਹਨਾਂ ਦੇ ਹੀ ਪੁੱਤਰ ਨੇ ਜਿਹੜੇ ਛਾਤੀਆਂ ਤੇ ਗੋਲੀਆਂ ਖਾਂਦੇ ਨੇ ਜਿਸ ਸਦਕਾ ਆਜ਼ਾਦੀ ਅੱਜ ਅਸੀਂ ਮਾਣ ਰਹੇ ਹਾਂ ਇਹਨਾਂ ਨੂੰ ਦੱਬੋ ਨਾ ਕੁਚਲੋ ਨਾ ਇਹ ਬੀਜ ਨੇ ਇੱਥੋਂ ਹੀ ਪੁੰਗਰਨੇ ਨੇ ਅੱਗੋਂ ਫਿਰ ਜਿਹੜੇ ਅਗਲੇ ਦਰਖਤ ਉਹਨਾਂ ਨੇ ਠੰਡੀਆਂ ਛਾਵਾਂ ਦੇਣੀਆਂ ਨੇ ਆਖਰੀ ਹੋਕਾ ਮੇਰਾ ਇਹੀ ਹੈ ਕਿ ਮਾਵਾਂ ਨੂੰ ਨਿੱਤਰਨਾ ਪੈਣਾ ਧੀਆਂ ਨੂੰ ਨਿੱਤਰਨਾ ਪੈਣਾ ਭੈਣਾਂ ਨੂੰ ਨਿੱਤਰਨਾ ਪੈਣਾ ਤਾਂ ਕਿ ਹੁਣ ਸਹੀ ਸੇਧ ਦੇ ਕੇ ਅਸੀਂ ਇਹ ਅਸਲ ਵਿੱਚ ਜਿੱਥੇ ਪਹੁੰਚਣਾ ਚਾਹੀਦਾ ਜਿੱਥੇ ਤਬਦੀਲੀ ਕਾਨੂੰਨ ਦੇ ਘਾੜਿਆਂ ਨੇ ਲਿਆਉਣੀਆਂ ਉੱਥੇ ਕਾਨੂੰਨ ਦੇ ਘਾੜੀਆਂ ਉਹ ਬਣਨ ਸਾਡੀਆਂ ਧੀਆਂ ਨਿੱਤਰਨ ਹੁਣ ਮੈਦਾਨ ਵਿੱਚ ਤਾਂ ਹੀ ਅਸੀਂ ਉਮੀਦ ਰੱਖ ਸਕਦੇ ਹਾਂ ਕਿ 50% ਸਹੀ ਮੈਨੇ ਅੱਜ ਕਿਸਾਨ ਦੀ ਧੀ ਤੇ 50% ਕਿਸਾਨ ਦੇ ਪੁੱਤਰ ਜਿਸ ਦਿਨ ਉੱਥੇ ਹੀ ਉਹਨਾਂ ਤਖ਼ਤਾਂ ਤੇ ਬਹਿਣਗੇ ਉਦਣ ਇਹ ਹਕੀਕਤ ਵਿੱਚ ਦਿਸੇਗਾ ਕਿ ਪੰਜਾਬ ਕਿਵੇਂ ਹਰਾ ਭਰਾ ਵਾਪਸ ਹੁੰਦਾ ਤੇ ਭੁੱਲੇ ਉਹਨਾਂ ਫ੍ਰੈਂਚ ਰੈਵੋਲਿਊਸ਼ਨ ਵਿੱਚ ਵੀ ਇਹੋ ਜਿਹਿਆਂ ਦੇ ਗਲੇ ਵੱਢ ਦਿੱਤੇ ਗਏ ਸੀ ਪਰ ਅੱਜ ਅਸੀਂ ਇੱਕ ਵੱਖਰੀ ਰੈਵੋਲਿਊਸ਼ਨ ਲਿਆਣੀ ਆਪਣੇ ਅੰਦਰਲੀ ਜਾਗਰਤੀ ਲਿਆ ਕੇ ਕਿ ਆਓ ਨਿੱਤਰੋ ਮੈਦਾਨ ਵਿੱਚ ਤੇ ਸਾਂਭੋ ਇਹ ਕੁਰਸੀਆਂ ਤਬਦੀਲੀ ਲਿਆਓ ਪਰਫੈਕਟ ਐਗਜ਼ਾਮਪਲ ਕਰਨਾਲ ਵਾਲੇ ਤੇ ਫਿਰ ਆ ਰਿਹਾ ਮੈਂ ਜਦੋਂ ਆ ਭਾਣਾ ਵਾਪਰਿਆ ਸੀਐਮ ਸਾਹਿਬ ਨੇ ਤਾਂ ਪੱਲਾ ਝਾੜਤਾ ਕਿ ਇਹ ਪੰਜਾਬ ਵਾਲੀ ਆ ਜੀ ਉਹ ਜਦੋਂ ਭਾਣਾ ਵਾਪਰਿਆ ਉਦੋਂ ਕੇਸ ਵੀ ਪਾਏ ਪਏ ਅਰੈਸਟ ਵੀ ਕੀਤਾ ਗਿਆ ਕਈ ਕਿਸਾਨਾਂ ਨੂੰ ਹੋਕਾ ਦਿੱਤਾ ਗਿਆ ਹਰਿਆਣੇ ਦਾ ਬੱਚਾ ਬੱਚਾ ਹਰ ਲੇਡੀ ਉੱਭਰ ਕੇ ਬਾਹਰ ਆਈ ਇੱਕ ਘੰਟੇ ਦੇ ਵਿੱਚ ਪੂਰਾ ਹਰਿਆਣਾ ਜਾਮ ਕੀਤਾ ਗਿਆ ਪੂਰਾ ਅਤੇ ਸਾਰੇ ਕਿਸਾਨ ਉਹਨਾਂ ਨੂੰ ਛੱਡਣੇ ਪਏ ਜਿਹੜੇ ਕੇਸ ਪਾਏ ਹਟਾਉਣੇ ਪਏ ਪਤਾ ਨਹੀਂ ਉਹ ਹਰਿਆਣੇ ਦੇ ਵਿੱਚੋਂ ਉੱਠ ਕੇ ਆਏ ਸੀ ਸੀਐਮ ਸਾਹਿਬ ਨੂੰ ਨਹੀਂ ਦੇਖਦੇ ਵੱਖਰੀ ਗੱਲ ਆ ਪਰ ਇੱਕ ਐਗਜ਼ਾਮਪਲ ਕਾਇਮ ਹੋਈ ਡਾਕਟਰ ਸਾਹਿਬ ਕਿ ਜੇ ਤੁਸੀਂ ਸਾਰੇ ਸੜਕਾਂ 'ਤੇ ਆਉਂਗੇ ਤਾਂ ਇਹ ਕਾਮਯਾਬ ਹੋਊਗਾ ਪਰ ਸ਼ਾਂਤਮਈ ਤਰੀਕੇ ਨਾਲ ਕਾਨੂੰਨ ਨਹੀਂ ਤੋੜਨਾ ਇੰਨਾ ਕਹਿੰਦੇ ਹੋਏ ਡਾਕਟਰ ਸਾਹਿਬ ਤੁਸੀਂ ਅੱਜ ਟਾਈਮ ਕੱਢਿਆ ਬਹੁਤ ਸੋਹਣਾ ਅਲੈਬਰੇਟ ਕੀਤਾ ਅਗਲੇ ਹਫ਼ਤੇ ਕਿਸੇ ਨਵੇਂ ਇਸ਼ੂ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਗਾਹੇ ਵਗਾਏ ਤੁਸੀਂ ਬੜੀਆਂ ਚੰਗੀਆਂ ਸਲਾਹਾਂ ਅਤੇ ਫਿਗਰਸ ਵੀ ਦਿੰਦੇ ਰਹਿੰਦੇ ਹੋ ਉਹਦੇ ਲਈ ਤੁਹਾਡਾ ਕੋਟਾਨ ਕੋਟਾਨ ਧੰਨਵਾਦ ਆਪਦਾ ਪੂਰਾ ਖਿਆਲ ਰੱਖਣਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਦਰਸ਼ਕੋ ਇਸ ਡਾਕਟਰ ਹਰਸ਼ਿੰਦਰ ਕੌਰ ਬਹੁਤ ਸੋਹਣਾ ਅਲੈਬਰੇਟ ਕੀਤਾ ਹਰ ਚੀਜ਼ ਦਿੱਤਾ ਮੈਂ ਮਾਫ਼ੀ ਚਾਹੁੰਦਾ ਦਰਸ਼ਕਾਂ ਕੋਲੋਂ ਕਿ ਕਈ ਗੱਲਾਂ ਨਹੀਂ ਚੱਕ ਹੋਈਆਂ ਆਪਾਂ ਇਹਨਾਂ ਨੂੰ ਫਿਰ ਅਗਲੇ ਹਫ਼ਤੇ ਕਿਸੇ ਨਵੇਂ ਵਿਸ਼ੇ 'ਤੇ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਵਾਂਗੇ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ ਆਪਣਾ ਪੂਰਾ ਖਿਆਲ ਰੱਖਣਾ ਮੈਨੂੰ ਗੁਰਲਾਲ ਨੂੰ ਦੀ ਇਜਾਜ਼ਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ